ਖੁਦਾ ਦਾ ਬਚਨ ਜਾਂ ਆਪਣੀ ਟੈਸਟਮਨੀ ਨਹੀਂ ਸ਼ੇਅਰ ਕਰਦੇ ਦੈਨ ਟੀਨੇਜਰ ਓਬਵੀਅਸਲੀ ਰੋਂਗ ਸਾਈਡ 'ਤੇ ਜਾਣਗੇ। ਉਹਨਾਂ ਨੂੰ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਯੰਗ ਗਰਲਸ, ਕੁੜੀਆਂ ਆ, ਟੀਨੇਜਰ ਆ, ਉਹ ਡਰੱਗਸ ਦੇ ਨਾਲ ਇਹ ਕੰਮ ਦੇ ਵਿੱਚ ਪੈਂਦੀਆਂ। ਖੁਦਾ ਨੇ ਕਹਿੰਦੇ ਮਨ 'ਚ ਮਨ 'ਚ ਪਾਇਆ ਮੇਰੇ ਬਈ ਕਿ ਉਹਨਾਂ ਰੋਟੀ ਦੇਣੀ ਕਹਿੰਦੇ ਆ, ਮੈਂ ਤੁਹਾਨੂੰ ਹੀ ਯੂਜ਼ ਕਰਨਾ ਆ। ਦੈਨ ਮੈਂ ਦੂਜੇ ਦਿਨ ਸਵੇਰ ਨੂੰ ਉੱਠ ਕੇ ਪ੍ਰਾਰਥਨਾ ਕੀਤੀ ਉਹਨਾਂ ਹੋਮਲੈਸਾਂ ਵਾਸਤੇ, ਅਤੇ ਖੁਦਾ ਨੇ ਕਿਹਾ ਜੋ ਤੁਸੀਂ ਰਾਤੀ ਕਰਕੇ ਆਇਆ ਨਾ ਉਹ ਮੈਂ ਸੀ ਉੱਥੇ। ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹ ਕੀ। ਔਰ ਵੈਲਕਮ ਟੂ ਦ ਪ੍ਰੋਗਰਾਮ। ਪਵਿੱਤਰ ਕਲਾਮ ਦ ਬਾਈਬਲ ਟੈਲਸ ਅਸ ਹੂ ਐਵਰ ਬ੍ਰਿੰਗਸ ਬਲੈਸਿੰਗ ਵਿਲ ਬੀ ਇਨਰਿਚਡ ਐਂਡ ਦ ਵਨ ਹੂ ਵਾਟਰਸ ਵਿਲ ਹਿਮਸੈਲਫ ਬੀ ਵਾਟਰਡ। ਪ੍ਰੋਵਰਬਸ ਚੈਪਟਰ 11 ਵਰਸ 25। ਅੱਜ ਮੇਰੇ ਮਹਿਮਾਨ ਬਿਲਕੁਲ ਇਸ ਤਰ੍ਹਾਂ ਹੀ ਹੈ। ਇਹ ਇੱਕ ਯੂਥ ਵਰਕਰ ਹੈ, ਅੰਬੈਸਡਰ ਫੋਰ ਦ ਵਰਕ ਆਫ ਕ੍ਰਾਈਸਟ, ਸਟਰੀਟ ਪਾਸਟਰ ਐਂਡ ਹੈਲਪਰ ਵੀ ਹੈ। ਟੋਨੀ ਬ੍ਰੇਚ ਇਹਨਾਂ ਦਾ ਨਾਂ ਹੈਗਾ। ਜਿਹਨਾਂ ਨੂੰ ਮਿਲ ਕੇ ਔਰ ਸੁਣ ਕੇ ਤੁਸੀਂ ਬੜੀ ਬਰਕਤ ਪਾਓਗੇ। ਕਿਉਂ ਨਾ ਆਪਾਂ ਇਹਨਾਂ ਨਾਲ ਮੁਲਾਕਾਤ ਕਰੀਏ। ਜੈ ਮਸੀਹ ਕੀ ਟੋਨੀ ਭਾਈ ਕੀ। ਸਲਾਮ ਜੀ। ਸਲਾਮ ਜੀ ਟੋਨੀ ਸਾਹਿਬ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਵਕਤ ਕੱਢ ਕੇ ਔਰ ਸਾਨੂੰ ਤੁਸੀਂ ਇੱਥੇ ਅੱਜ ਸਾਡੀ ਵਿਜ਼ਿਟ ਕੀਤੀ ਹੈਗੀ ਹੈ। ਮੈਂ ਬਹੁਤ ਕਿਸਮਤ ਵਾਲਾ ਸਮਝਦਾ ਆਪਣੇ ਆਪ ਜੋ ਕਿ ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ, ਅਤੇ ਥੈਂਕ ਟੂ ਗੋਡ। ਹਾਂਜੀ, ਇਹ ਤਾਂ ਹੈ ਟੋਨੀ ਜੀ। ਆਪਾਂ ਪਹਿਲੋਂ ਆਪਾਂ ਜਿਹੜਾ ਆਪਣਾ ਹਿੱਸਾ ਹੈਗਾ ਖੁਦਾਵੰਦ ਦੇ ਹਜ਼ੂਰੀ ਦੇ ਵਿੱਚ ਆਪਾਂ ਦੁਆ ਕਰਾਂਗੇ, ਔਰ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਛੋਟੀ ਜਿਹੀ ਦੁਆ ਕਰੋ, ਜਿੰਨੇ ਵੀ ਸਾਡੇ ਸਰੋਤ ਜੁੜੇ ਹੋਏ ਹੈਗੇ ਆ ਉਹ ਵੀ ਬਰਕਤ ਪਾਉਣਗੇ। ਆਈਏ ਹਮ ਪ੍ਰਾਰਥਨਾ ਕਰੇ। ਜ਼ਮੀਨ ਔਰ ਆਸਮਾਨ ਕੇ ਮਾਲਿਕ, ਇਬਰਾਹਿਮ, ਇਜ਼ਾਕ, ਯਾਕੂਬ ਕੇ ਖੁਦਾ, ਹਮ ਸਭ ਕੋ ਪੈਦਾ ਕਰਨੇ ਵਾਲੇ ਪਿਤਾ ਪਰਮੇਸ਼ਰ, ਦਿਨ ਭਰ ਕੀ ਹਿਫਾਜ਼ਤ ਔਰ ਇਸ ਸਮੇਂ ਕੇ ਲੀਏ ਆਪਕਾ ਸ਼ੁਕਰ ਅਦਾ ਕਰਤੇ ਹੈਂ, ਜੋ ਅੱਜ ਕਾ ਸਮੇਂ ਹਮਾਰੀ ਜ਼ਿੰਦਗੀਓਂ ਮੇਂ ਦੀਆ ਕਿ ਹਮ ਜਹਾਂ ਬੈਠ ਕਰ ਆਪਕੀ ਮਹਿਮਾ ਔਰ ਆਪਕਾ ਵਡਿਆਈ ਕਰਨੇ ਵਾਲੇ ਹੋ ਸਕੇ, ਉਸਕੇ ਲੀਏ ਆਪਕਾ ਧੰਨਵਾਦ, ਔਰ ਇਸ ਸਟੂਡੀਓ ਕੇ ਲੀਏ ਧੰਨਵਾਦ, ਪਾਸਟਰ ਸਾਹਿਬਾਨ ਕੇ ਲੀਏ ਧੰਨਵਾਦ ਪਿਤਾ ਪਰਮੇਸ਼ਰ, ਜਿਨਕੋ ਆਪਨੇ ਅਬ ਤੱਕ ਸੰਭਾਲ ਕੇ ਰੱਖਾ, ਜੋ ਕੁਛ ਹਮ ਬੋਲੇ, ਜੋ ਕੁਛ ਵੀ ਹਮ ਜਹਾਂ ਕਹੇ ਪਿਤਾ ਪਰਮੇਸ਼ਰ, ਉਸਮੇ ਆਪਕੀ ਮਹਿਮਾ ਔਰ ਆਪਕੀ ਵਡਿਆਈ ਹੋ। ਮੇਰੀ ਪ੍ਰਾਰਥਨਾ ਕੋ ਸੁਣੋ ਔਰ ਕਬੂਲ ਕਰ, ਮੰਗਤਾ ਆਪਣੇ ਮੁਕਤੀ ਦਾਤਾ ਯੇਸ਼ੂ ਮਸੀਹ ਕੇ ਨਾਮ ਸੇ, ਆਮੇਨ 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 ਆਮੇਨ। ਟੋਨੀ ਜੀ, ਮੈਂ ਅੱਜ ਤੁਹਾਡੇ ਨਾਲ ਕਾਫੀ ਗੱਲਾਂ ਬਾਤਾਂ ਕਰਨੀਆਂ ਹੈਗੀਆਂ, ਔਰ ਮੈਂ ਤੁਹਾਡੀ ਜ਼ਿੰਦਗੀ ਦੀ ਸਫ਼ਰ ਜਿਹੜਾ ਹੈਗਾ ਉਹਦੇ ਬਾਰੇ ਵੀ ਮੈਂ ਪਤਾ ਕਰਨਾ ਚਾਹੁੰਦਾ ਵੀ ਆ ਵੀ ਜ਼ਿੰਦਗੀ ਦਾ ਜਿਹੜੇ ਮੋੜ ਹੁੰਦੇ ਆ, ਬਿੰਗ ਧੜੰਗ ਆਉਂਦੇ ਹੈਗੇ ਆ, ਚੋਇਸਿਸ ਆਉਂਦੀਆਂ ਹੈਗੀਆਂ, ਔਰ ਫਰਕ ਫਰਕ ਸੀਜ਼ਨ ਆਉਂਦੇ ਹੈਗੇ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈਗਾ ਕਿ ਤੁਸੀਂ ਮੇਰੇ ਨਾਲ ਸਹਿਮਤ ਆ ਜੇ ਮੈਂ ਕਹਾਂ ਕਿ ਜਿਹੜੀ ਜਵਾਨੀ ਆ ਉਹ ਬੰਦੇ ਦੀ ਇੰਨਾ ਡੇਂਜਰਸ ਟਾਈਮ ਹੈਗਾ ਆ ਕਿ ਉਸ ਵੇਲੇ ਉਸ ਉਮਰ ਦੇ ਵਿੱਚ ਕਿ ਆਪਾਂ ਖੁਦਾ ਨੂੰ ਕਿਉਂ ਭੁੱਲ ਜਾਂਦੇ ਹੈਗੇ ਹਾਂ? ਕਿਉਂਕਿ ਜਵਾਨੀ ਦੇ ਬੰਦੇ 'ਚ ਹੋਸ਼ ਬਹੁਤ ਹੁੰਦਾ ਆ, ਤੂੰ ਸੋਚਦਾ ਮੈਂ ਸਾਰਾ ਕੁਛ ਕਰ ਸਕਦਾ ਹਾਂ, ਬਟ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਖੁਦਾ ਦੇ ਵਿੱਚ ਹੋ ਕੇ ਹੋਸ਼ ਦੇ ਨਾਲ ਖੁਦਾ ਦੇ ਵਿੱਚ ਹੋ ਕੇ ਆਪਾਂ ਬਹੁਤ ਸਾਰੀਆਂ ਬਰਕਤਾਂ ਪਾਵਾਂਗੇ, ਅਤੇ ਜਵਾਨੀ ਖੁਦਾ ਦੇ ਨਾਂ ਦੇ ਵਿੱਚ ਲੱਗਣੀ ਚਾਹੀਦੀ ਹੈ। ਬਿਲਕੁਲ ਸਹੀ ਹੈਗੀ ਹੈ। ਵੁੱਡ ਯੂ ਆਲਸੋ ਅਗਰੀ ਕਿ ਸਪੈਸ਼ਲੀ ਇਹ ਜਿਹੜੇ ਸਾਲ ਹੁੰਦੇ ਹੈਗੇ ਆ ਜਵਾਨੀ ਦੇ, ਕਿ ਇੱਥੇ ਜਿਹੜਾ ਕੰਮ ਕੀਤਾ ਜਾਂਦਾ ਹੈਗਾ ਆ ਆਪਣੇ ਕ੍ਰੀਏਟਰ ਦੇ ਨਾਲ, ਆਪਣੇ ਖੁਦਾ ਦੇ ਨਾਲ, ਕਿ ਸਭ ਤੋਂ ਕੀਮਤੀ ਵਕਤ ਜ਼ਿੰਦਗੀ ਦਾ ਤੁਸੀਂ ਦੇ ਰਹੇ ਹੈਗੇ ਆਪਣੇ ਖੁਦਾ ਨੂੰ, ਔਰ ਮੈਂ ਸ਼ੋਰ ਹਾਂ ਕਿ ਜਿੰਨੇ ਆਪਾਂ ਨੂੰ ਬਣਾਇਆ ਹੈਗਾ ਕਿ ਉਹ ਵੀ ਬੜਾ ਖੁਸ਼ ਹੋਏਗਾ ਜੀ। ਪਵਿੱਤਰ ਕਲਾਮ ਕੀ ਕਹਿੰਦਾ ਇਹਦੇ ਬਾਰੇ? ਪਵਿੱਤਰ ਕਲਾਮ ਇਹ ਦੱਸਦਾ ਵੀ ਇਹ ਜਵਾਨ ਆਪਣੀ ਜਵਾਨੀ ਦੇਣਾ ਖੁਦਾ ਨੂੰ, ਆਪਣੇ ਸਿਰਜਣ ਆਪਣੇ ਖੁਦਾ ਨੂੰ ਚੇਤੇ ਕਰ, ਅਤੇ ਤੇਰੀ ਉਮਰ ਲੰਬੀ ਹੋਊਗੀ, ਤੈਨੂੰ ਬਰਕਤਾਂ ਦਿੱਤੀਆਂ ਜਾਣਗੀਆਂ। ਜੇ ਆਪਾਂ ਖੁਦਾ ਨੂੰ ਚੇਤੇ ਰੱਖਾਂਗੇ ਆਪਣੇ ਬਣਾਉਣ ਵਾਲੇ ਨੂੰ, ਅਤੇ ਆਪਾਂ ਨੂੰ ਕੋਈ ਵੀ ਚੀਜ਼ ਆਪਾਂ ਨੂੰ ਖੁਦਾ ਤੋਂ ਵਾਂਝੀ ਰੱਖ ਸਕਦੀ। ਖੁਦਾ ਆਪਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਜੇ ਆਪਾਂ ਜਵਾਨੀ ਦਿਨਾਂ ਵਿੱਚ ਖੁਦਾ ਨੂੰ ਦਿਲ ਦੇ ਦਈਏ ਤਾਂ। ਬਿਲਕੁਲ ਸਹੀ। ਪਰ ਇਹ ਮੈਨੂੰ ਦੱਸੋ ਕਿ ਜਦੋਂ ਆਪਾਂ ਮਸੀਹੀਅਤ ਦੇ ਵਿੱਚ ਕਹਿੰਦੇ ਹੈਗੇ, ਜਦੋਂ ਆਪਣੇ ਕੌਮ ਦੇ ਵਿੱਚ ਆਪਣੇ ਕਹਿੰਦੇ ਕਿ ਮੈਂ ਸੇਵ ਹੋ ਗਿਆ ਜੀ, ਕਿ ਮੈਂ ਸੇਵ ਹੋ ਗਿਆ, ਤਾਂ ਇਹਦਾ ਮਤਲਬ ਕੀ ਹੈ ਬਈ? ਸੇਵ ਦਾ ਮਤਲਬ ਜੇ ਆਪਾਂ ਆਪਣੀ ਜਵਾਨੀ ਜੇ ਖੁਦਾ ਨੂੰ ਦੇ ਦਿੰਦੇ ਹਾਂ, ਅਤੇ ਆਪਾਂ ਆਉਣ ਵਾਲੀਆਂ ਪਰੇਸ਼ਾਨੀਆਂ, ਦੁੱਖ ਤਕਲੀਫਾਂ, ਈਵਨ ਮੌਤ ਤੋਂ ਵੀ ਸੇਵ ਹੋ ਜਾਂਦੇ ਆਪਾਂ ਜਵਾਨੀ ਦਿਨਾਂ ਦੇ ਵਿੱਚ, ਜੇ ਖੁਦਾ ਨੂੰ ਆਪਾਂ ਅਪਣਾ ਲੈਂਦੇ ਹਾਂ, ਆਪਣਾ ਮੁਕਤੀਦਾਤਾ ਕਬੂਲ ਕਰ ਲੈਂਦੇ ਹਾਂ, ਅਤੇ ਮੌਤ ਵੀ ਸਾਡੇ 'ਤੇ ਅਸਰ ਨਹੀਂ ਕਰੂਗੀ। ਇਹ ਜਿਹੜੀ ਮੌਤ ਦੀ ਤੁਸੀਂ ਗੱਲ ਕਰਦੇ ਹੈਗੇ, ਇਹ ਜਿਹੜੀ ਅੰਦਰੂਨੀ ਜਿਸਮਾਨੀ ਮੌਤ ਦੀ ਗੱਲ ਕਰਦਾ ਮੈਂ, ਹਾਂਜੀ, ਨਾ ਕਿ ਆਪਣੀ ਜਿਹੜੀ ਅੰਦਰੂਨੀ ਮੌਤ ਕਦੀ ਨਹੀਂ ਆਉਂਦੀ, ਕਿਉਂਕਿ ਆਪਾਂ ਹਮੇਸ਼ਾ ਖੁਦਾ ਦੇ ਨਾਲ ਜੀਂਦੇ ਰਹਿਣਾ ਹੈ। ਠੀਕ ਹੈਗਾ। ਸੋ ਹਾਓ ਇੰਪੋਰਟੈਂਟ, ਕਿੰਨਾ ਇੰਪੋਰਟੈਂਟ ਹੈਗਾ ਕਿ ਜਦੋਂ ਆਪਾਂ ਕਹਿੰਦੇ ਹੈਗੇ ਕਿ ਆਈ ਐਮ ਸੇਵਡ, ਆਈ ਐਮ ਬੋਰਨ ਅਗੇਨ, ਇੱਥੇ ਬਹੁਤ ਜ਼ਿਆਦਾ ਪ੍ਰਿਵਿਲੇਜ ਹੈ ਵੀ ਆਪਾਂ ਕਹਿੰਦੇ ਸੇਵ ਹੈ, ਖੁਦਾ ਨੇ ਸਾਡਾ ਮੁਕਤੀਦਾਰ ਸਾਡੇ ਕੋਲ ਕਹਿ ਸਕਦੇ ਹਾਂ। ਸਭ ਤੋਂ ਵੱਡੀ ਗੱਲ ਕਹਿੰਦੇ ਹੁੰਦੇ ਵੀ ਜ਼ਿੰਦਗੀ ਦਾ ਜੇ ਨਿਚੋੜ ਹੈਗਾ ਉਹ ਇਹ ਹੈਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਜੇ ਆਪਾਂ ਖੁਦਾ ਆਪਣੀ ਯਿਸੂ ਮਸੀਹ ਨੂੰ ਪਾ ਲਈਏ ਤਾਂ ਆਪਾਂ ਹਮੇਸ਼ਾ ਦੀ ਮੌਤ ਦੇ ਵਿੱਚੋਂ ਬਚ ਜਾਂਦੇ ਹਾਂ। ਇੱਦਾਂ ਹੀ ਹੈ ਨਾ ਜੀ? ਠੀਕ ਹੈ।
ਆਪਾਂ ਜ਼ਿੰਦਗੀ ਦੀ ਗੱਲ ਕੀਤੀ, ਮੈਂ ਟੋਨੀ ਸਾਹਿਬ ਤੁਹਾਨੂੰ ਹੁਣ ਲੈ ਕੇ ਜਾ ਰਿਹਾ ਹੈਗਾ, ਰੀਵਾਇੰਡ ਮੈਂ ਕਰ ਰਿਹਾ ਕਲੋਕ, ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਇੱਕ ਪਿੰਡ ਹੈਗਾ ਫੁੱਲੜੀਵਾਲ ਜੀ, ਉਹ ਹੈਗਾ ਪੰਜਾਬ ਦੇ ਵਿੱਚ ਜਲੰਧਰ, ਜਿੱਥੇ ਮੈਂ ਸ਼ੋਰ ਹਾਂ ਪਰ ਤੁਸੀਂ ਮੈਨੂੰ ਕਰੈਕਟ ਕਰੋ, ਤੁਹਾਡੀ ਪੈਦਾਇਸ਼ ਉੱਥੇ ਹੋਈ ਹੈ ਜੀ, ਤਾਂ ਮੈਨੂੰ ਆਪਣੇ ਬਚਪਨ ਬਾਰੇ ਮੈਨੂੰ ਦੱਸੋ। ਬਚਪਨ ਦੇ ਵਿੱਚ ਜਦੋਂ ਅਸੀਂ, ਮੈਂ ਕ੍ਰਿਸ਼ਚਨ ਫੈਮਿਲੀ 'ਚ ਪੈਦਾ ਹੋਇਆ ਅਤੇ ਫਿਰ ਹੌਲੀ ਹੌਲੀ ਸਕੂਲੇ ਜਾਂਦੇ ਰਹੇ ਅਤੇ ਸਾਡੇ ਮਾਂ ਪਿਓ ਨੇ ਸਾਨੂੰ, ਮਾਂ ਬਾਪ ਨੇ ਸਾਨੂੰ ਇਹੀ ਸਿਖਾਇਆ ਵੀ ਖੁਦਾ ਦੇ ਨਾਲ ਜੁੜ ਕੇ ਰਹਿਣਾ, ਜੇ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ਤਾਂ, ਅਤੇ ਸਾਨੂੰ ਮਾਂ ਬਾਪ ਨੇ ਸਿਖਾਇਆ ਵੀ ਚਰਚ ਜਾਣਾ ਸਿਖਾਇਆ, ਖੁਦਾ ਦੀ ਬਾਈਬਲ ਬਾਰੇ ਦੱਸਿਆ, ਬਚਨ ਬਾਰੇ ਦੱਸਿਆ ਸਾਨੂੰ, ਅਤੇ ਉਸਦਾ ਅਸਰ ਤੁਹਾਡੇ ਸਾਹਮਣੇ, ਅਸੀਂ ਖੁਦਾ ਨੇ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹੋਈਆਂ। ਬਿਲਕੁਲ, ਤਾਂ ਜਦੋਂ ਤੁਸੀਂ ਫੁੱਲੜੀਵਾਲ ਦੇ ਵਿੱਚ ਤੁਹਾਡੀ ਬਰਥ ਹੋਈ, ਤੁਸੀਂ ਪੈਦਾ ਹੋਏ, ਤਾਂ ਤੁਹਾਡੀਆਂ ਪਹਿਲੀਆਂ ਜਿਹੜੀਆਂ ਸਾਡੀਆਂ ਮੈਮਰੀਜ਼ ਹੈਗੀਆਂ ਪਿੰਡ ਦੀਆਂ, ਗਲੀਆਂ, ਸਕੂਲ ਜੀ, ਬਚਪਨ, ਭੈਣ ਭਰਾ, ਮਾਂ ਬਾਪ, ਤੁਸੀਂ ਉਹਦੇ ਬਾਰੇ ਵੀ ਥੋੜ੍ਹਾ ਸਾਨੂੰ ਦੱਸੋ। ਫਰੈਂਡ ਤਾਂ ਮੇਰੇ ਬਹੁਤ ਥੋੜ੍ਹੇ ਸੀਗੇ ਕਿਉਂਕਿ ਬਚਪਨ ਦੇ ਵਿੱਚ ਇੰਨੇ ਫਰੈਂਡ ਚੇਤੇ ਨਹੀਂ ਹੋਣ ਤਾਂ ਵੀ, ਪਰ ਮਾਂ ਬਾਪ ਨੇ ਬਹੁਤ ਸਾਥ ਦਿੱਤਾ ਮੇਰਾ, ਭੈਣ ਭਰਾਵਾਂ ਨੇ ਸਾਥ ਦਿੱਤਾ ਅਤੇ ਬੜਾ ਪਿਆਰ ਕਰਦੇ ਇੱਕ ਦੂਜੇ ਨੂੰ ਸਾਰੇ ਜਾਣੇ ਸੀ, ਅਤੇ ਉਹ ਯਾਦ ਆਉਂਦਾ ਟਾਈਮ ਜਦੋਂ ਛੋਟੇ ਛੋਟੇ ਬਚਪਨ ਦੀ ਸ਼ਰਾਰਤਾਂ ਖਰੀਦੀਆਂ ਸੀ, ਬਚਪਨ ਦੀਆਂ ਉਹ ਯਾਦ ਹੁੰਦੀਆਂ ਹੁਣ ਇਸ ਵਕਤ, ਅਤੇ ਉਦੋਂ ਸਾਡਾ ਬੱਚਾ ਸਾਡਾ ਸ਼ਰਾਰਤਾਂ ਦਾ ਸਾਨੂੰ ਚੇਤਾ ਆਉਂਦਾ ਵੀ ਬਾਕੀ ਅਸੀਂ ਸਾਡੇ ਮਾਂ ਬਾਪ ਨੇ ਸਾਨੂੰ ਇੱਦਾਂ ਦੇਖਿਆ। ਸਾਰੀ ਤਾਲੀਮ ਤੁਸੀਂ ਉੱਥੋਂ ਹੀ ਹਾਸਲ ਕੀਤੀ ਹੈਗੀ ਹੈ, ਤਾਂ ਤੁਸੀਂ ਉਦੋਂ ਵੀ ਚਰਚ ਦੇ ਵਿੱਚ ਜਾਂਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਸੀ? ਬਚਪਨ ਤੋਂ ਚਰਚ ਸਟਾਰਟ। ਅੱਛਾ, ਉੱਥੇ ਚਰਚ ਜਾਣਾ, ਫਿਰ ਤੁਸੀਂ ਚਰਚ ਵਿੱਚ ਇਨਵੋਲਵ ਹੋਣਾ, ਚਰਚ ਦੇ ਕੰਮਾਂ ਦੇ ਵਿੱਚ, ਸਬਕ ਸਕੂਲ ਜਾਣਾ। ਸੋ ਤੁਸੀਂ ਕ੍ਰਿਸਚਨ ਔਰ ਮਸੀਹ ਖਾਨਦਾਨ ਦੇ ਵਿੱਚ ਪੈਦਾ ਹੋਏ ਹੋਏ ਸੀ, ਤਾਂ ਵੁੱਡ ਆਈ ਬੀ ਰਾਈਟ, ਮੈਂ ਸਹੀ ਹੋਊਂਗਾ ਕਿ ਤੁਸੀਂ ਉਸ ਵੇਲੇ ਰੀਅਲੀ ਸਪਿਰਿਚੁਅਲੀ ਤੁਸੀਂ ਬੋਰਨ ਅਗੇਨ, ਜਿਹਦੇ ਬਾਰੇ ਆਪਾਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਸੀ, ਸੇਫਡ ਨਹੀਂ ਸੀ ਉਦੋਂ? ਜੇ ਇੰਨਾ ਨਹੀਂ ਸੀ, ਠੀਕ, ਬਿਕੋਜ਼ ਇਹ ਸਪਿਰਿਚ ਬੋਰਨ ਅਗੇਨ ਬਾਅਦ 'ਚ ਜਦੋਂ ਮੈਂ ਬਪਟਾਈਜ਼ ਲਿਆ। ਅੱਛਾ, ਤਾਂ ਉਦੋਂ ਫਿਰ ਖੁਦਾ ਨੇ ਮੈਨੂੰ ਚੁਣਿਆ ਆਪਣੇ ਕੰਮਾਂ ਲਈ ਵੀ। ਜਿਹੜੇ ਯੰਗ ਏਜ ਹੁੰਦੇ ਆ, ਹੈ ਨਾ ਜੀ, ਵੀ ਮਤਲਬ ਤੁਹਾਡੀ ਉਮਰ ਦੇ ਵੀ ਜਦੋਂ ਤੁਸੀਂ ਜੁਆਇਨ, ਜਿੱਦਾਂ ਕਹਿੰਦੇ ਹੁੰਦੇ ਵੀ ਤੁਸੀਂ ਆਪਣੀ ਜਵਾਨੀ ਦੇ ਵਿੱਚ ਜਵਾਨੇ ਹੈਗੇ, ਉਹ ਜਿਹੜੇ ਸਾਲ ਹੁੰਦੇ ਉਹ ਮਾਈਂਡ ਫੀਲਡ ਹੁੰਦਾ। ਮੈਂ ਮਾਈਂਡ ਫੀਲਡ ਤਾਂ ਕਰਕੇ ਕਹਿੰਦਾ ਕਿਉਂਕਿ ਉਦੋਂ ਬੜੇ ਖਤਰਨਾਕ ਸਾਲ ਹੁੰਦੇ ਹੈਗੇ, ਟਾਈਮ ਹੁੰਦਾ, ਜਿੱਦਾਂ ਕਹਿੰਦੇ ਜਵਾਨ ਨੌਜਵਾਨ ਇੱਧਰ ਨੂੰ ਵੀ ਕਈ ਚਲੇ ਜਾਂਦੇ, ਕਈ ਨੌਜਵਾਨ ਇੱਧਰ ਨੂੰ ਵੀ ਚਲੇ ਜਾਂਦੇ ਹੈ, ਸ਼ੈਤਾਨ ਵੀ ਉਦੋਂ ਅਟੈਕ ਕਰਦਾ ਜਵਾਨੀ ਦੇ ਨਾਲ, ਦਿਮਾਗ ਨੂੰ ਫੜਦਾ, ਸ਼ੈਤਾਨ ਨੂੰ ਪਤਾ ਹੁੰਦਾ ਵੀ ਕਿਹੜੇ ਟਾਈਮ ਫੜਨਾ ਇਹਨਾਂ ਨੂੰ ਜਵਾਨੀ ਟਾਈਮ 'ਤੇ। ਬਿਲਕੁਲ, ਮਾਈਂਡ ਫੀਲਡ ਦੇ ਵਿੱਚੋਂ ਤੁਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਉਸ ਨੈਵੀਗੇਟ ਕਰਨਾ ਉਸ ਚੀਜ਼ਾਂ ਦੇ ਵਿੱਚੋਂ ਦੀ, ਚੀਜ਼ਾਂ ਸੱਚ ਐਜ਼ ਸ਼ਰਾਬ ਜੀ, ਦੁਨੀਆ ਦੀ ਐਸ਼ ਜੀ, ਫਿਰ ਐਬ ਜਿੰਨੇ ਵੀ ਤੁਸੀਂ ਲਾ ਲਓ, ਵੀ ਉਦੋਂ ਇੰਨਾ ਹਾਰਡ ਟਾਈਮ ਹੁੰਦਾ ਹੈਗਾ। ਤਾਂ ਵੁੱਡ ਯੂ ਸੇ ਟੋਨੀ ਸਾਹਿਬ ਕਿ ਜਦੋਂ ਤੁਸੀਂ ਆਪਣੀ ਜਵਾਨੀ ਦੇ ਵਿੱਚ, ਤੁਹਾਨੂੰ ਕਿੰਨੇ ਬਚਾਇਆ? ਖੁਦਾ ਯਸ਼ੂ ਮਸੀਹ ਨੇ ਅਤੇ ਖੁਦਾ ਦੇ ਬਚਨ ਨੇ, ਬਾਈਬਲ ਨੇ, ਕਿਉਂਕਿ ਬਾਈਬਲ ਵਿੱਚ ਬਚਪਨ ਤੋਂ ਘਰ 'ਚ ਪੜ੍ਹਦੇ ਆਏ ਸੀ, ਅਤੇ ਬਾਈਬਲ ਸਾਨੂੰ ਸਹਾਰਾ ਦਿੰਦੀ ਰਹੀ ਵੀ ਆਹ ਰਾਹ ਸਹੀ ਅਤੇ ਆਹ ਰਾਹ ਗਲਤ ਹੈ, ਜੇ ਆਹ ਕਰੋਗੇ ਤਾਂ ਇੱਦਾਂ ਹੋਊਗੀ ਤੁਹਾਡੇ ਨਾਲ, ਅਤੇ ਬਾਕੀ ਮਾਂ ਬਾਪ ਦੀਆਂ ਪ੍ਰਾਰਥਨਾਵਾਂ ਨੇ ਬਹੁਤ ਸਾਡਾ ਸਾਥ ਦਿੱਤਾ। ਮਾਂ ਤਾਂ ਬਾਪ ਤੋਂ ਤਾਂ ਜਿੱਦਾਂ ਕਹਿੰਦੇ ਹੁੰਦੇ ਵੀ ਡਰਦੇ ਵੀ ਹੁੰਦੇ? ਬਿਲਕੁਲ ਜੀ, ਡਰਨਾ ਬਹੁਤ ਡਰ ਸੀ, ਉਹ ਡਰ ਦੇ ਨਾਲ ਹੀ ਅਸੀਂ ਅੱਜ ਤੱਕ ਬੱਚੇ ਹੋਏ ਪਏ ਹਾਂ, ਨਸ਼ਿਆਂ ਤੋਂ, ਬੁਰੀਆਂ ਆਦਤਾਂ ਤੋਂ। ਜੇ ਮਾਂ ਬਾਪ ਦਾ ਡਰ ਨਾ ਰੱਖਦੇ ਤਾਂ ਅੱਜ ਕੱਲ੍ਹ ਅਸੀਂ ਵੀ, ਬਾਕੀ ਨੌਜਵਾਨ ਵੀ ਅੱਜ ਕੱਲ੍ਹ ਚੱਲਦਾ ਪਿਆ। ਆਪਾਂ ਹੁਣ ਇਹ ਗੱਲ ਕਰਨੀ ਹੈਗੀ ਕਿ ਤੁਸੀਂ ਕਿਹਾ ਵੀ ਨੌਜਵਾਨਾਂ ਦੇ ਵਿੱਚ ਚੱਲਦਾ ਫਿਰਦਾ ਹੈਗਾ ਜੀ, ਤਾਂ ਪੰਜਾਬ ਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਕਾਫੀ, ਜਿੱਦਾਂ ਕਹਿੰਦੇ ਹੁੰਦੇ ਵੀ ਲੋਕ ਲਾ ਲਓ ਜਾਂ ਨੌਜਵਾਨ ਵੀ ਲਾ ਲਓ, ਇਸ ਵੇਲੇ ਤਾਂ ਔਰਤਾਂ ਵੀ ਆਪਣੀਆਂ ਭੈਣਾਂ ਵੀ, ਬਿਲਕੁਲ, ਔਰ ਇਹ ਛੁਪੀ ਹੋਈ ਚੀਜ਼ ਨਹੀਂ, ਮੀਡੀਆ ਦੱਸ ਰਹੀ ਹੈਗੀ ਹੈ, ਮੀਡੀਆ ਦੱਸ ਰਹੀ ਹੈਗੀ ਹੈ ਕਿ ਚਿੱਟਾ ਜਿਹੜੇ ਜਿਹਨੂੰ ਆਪਾਂ ਡਰੱਗਸ ਕਹਿ ਰਹੇ ਹੈਗੇ ਹਾਂ, ਉਹ ਬੜੀਆਂ ਆਦਤਾਂ, ਬੜੀਆਂ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ। ਤਾਂ ਤੁਸੀਂ ਉੱਥੋਂ ਪੰਜਾਬ ਦੇ ਵਿੱਚੋਂ ਆਏ ਹੋ, ਤਾਂ ਤੁਸੀਂ ਕਿੱਦਾਂ ਫੀਲ ਕਰਦੇ ਹੈਗੇ ਆ ਕਿ ਉਹੀ ਔਰਤਾਂ ਜਿਹੜੀਆਂ ਭੈਣਾਂ ਜਾਂ ਮਾਵਾਂ ਜਿਹੜੀਆਂ ਕਦੇ ਬਾਹਰ ਨਹੀਂ ਨਿਕਲਦੀਆਂ ਹੁੰਦੀਆਂ ਸੀ ਚੁੰਨੀ ਤੋਂ ਬਗੈਰ, ਵੀ ਓਪਨਲੀ ਡਰੱਗਸ ਲੈ ਰਹੀਆਂ, ਇਹ ਵਾਕਿਆ ਵਿੱਚ ਟਰੂ ਹੈ ਔਰ ਇਹ ਹੋ ਰਿਹਾ ਹੈਗਾ ਜੀ? ਇਹਦਾ ਰੀਜ਼ਨ ਕੀ ਆ ਕਿ ਇਹ ਇੰਨੀ ਜਲਦੀ ਫੈਲ ਕਿੱਦਾਂ ਗਿਆ? ਮੇਰੇ ਆਪਣੇ ਜਿਹੜੇ ਹਿਸਾਬ ਦੇ ਨਾਲ ਜਿੱਦਾਂ ਮੈਂ ਸੋਚ ਰਿਹਾ ਵੀ ਇਹ ਜੋ ਡਰੱਗਸ ਲੈ ਰਹੇ ਜਾਂ ਲੇਡੀਜ਼ ਹੈ ਜਾਂ ਜੈਂਟਸ ਹੈ, ਬੱਚੇ ਆ, ਇਹ ਖੁਦਾ ਦੇ ਬਚਨ ਤੋਂ ਦੂਰ ਹੈ, ਇਹਨੇ ਖੁਦਾ ਦੇ ਬਚਨ ਦੇ ਨਾਲ ਲੱਗ ਜਾਣ ਅਤੇ ਓਬਵੀਅਸਲੀ ਇਹ ਡਰੱਗਸ ਤੋਂ ਫਰੀ ਹੋ ਸਕਦੇ ਹੈ, ਕਿਉਂਕਿ ਸ਼ੈਤਾਨ ਇਹਨੇ ਮਾਇੰਡ ਨੂੰ ਕੈਪਚਰ ਕਰ ਚੁੱਕਾ ਹੈ, ਇਹਨਾਂ ਨੂੰ ਰਾਸਤਾ ਨਹੀਂ ਦਿਖਾਈ ਦੇ ਰਿਹਾ ਵੀ ਕਿੱਧਰ ਪਾਸੇ ਜਾਣਾ। ਅਤੇ ਇੱਕ ਕਹਿ ਸਕਦੇ ਹਾਂ ਆਪਾਂ ਵੀ, ਜਦੋਂ ਸੋਚ ਲਈਏ ਤਾਂ ਬੰਦੇ ਮੇਰੇ ਕੋਲ ਹੋਰ ਰਾਸਤਾ ਹੈ ਨਹੀਂ ਜਾਣ ਨੂੰ, ਅਤੇ ਈਜ਼ਲੀ ਮੈਂ ਡਰੱਗਸ ਲੈ ਲਵਾਂ,
ਮੇਰੇ ਹਿਸਾਬ ਨਾਲ ਡਰੱਗਸ ਨਹੀਂ ਲੈਣੀ ਚਾਹੀਦੀ, ਖੁਦਾ ਦੇ ਵਚਨ ਨੂੰ ਪੜ੍ਹਨਾ ਚਾਹੀਦਾ, ਖੁਦਾ ਦੇ ਨਾਲ ਲੱਗੀ ਰਹਿਣਾ ਚਾਹੀਦਾ। ਇਹ ਤਾਂ ਠੀਕ ਹੈ ਕਿ ਜਿਹੜੇ ਨਹੀਂ ਲੈਂਦੇ ਹੈਗੇ ਉਹਨਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ। ਤੁਸੀਂ ਸਟਰੀਟ ਵਰਕਰ ਜਿਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹੈਗਾ ਕਿ ਤੁਸੀਂ ਹੋਮਲੈਸ ਦੀ ਵੀ ਹੈਲਪ ਕਰਦੇ ਹੈਗੇ ਆ, ਤੁਸੀਂ ਸੜਕਾਂ 'ਤੇ ਜਾ ਕੇ ਮਦਦ ਕਰਦੇ ਹੈਗੇ ਦੁਨੀਆ ਦੀ, ਇਹ ਸਿਰਫ ਪੰਜਾਬ ਨਹੀਂ, ਇਹ ਸਿਰਫ ਇੰਡੀਆ ਨਹੀਂ, ਇਹ ਸਿਰਫ ਹੋਰ ਨੇਸ਼ਨਸ ਨਹੀਂ, ਇੰਗਲੈਂਡ ਦੇ ਵਿੱਚ ਵੀ ਇਹ ਹੋ ਰਿਹਾ ਹੈਗਾ ਆ। ਅਤੇ ਜਿਹੜਾ ਬੰਦਾ ਐਬ ਦੇ ਵਿੱਚ ਫਸਿਆ ਹੈ ਅਤੇ ਜਿਹੜਾ ਬੰਦਾ ਵੀ ਜਿੱਦਾਂ ਕਹਿੰਦੇ ਹੁੰਦੇ ਇਸ ਰੇਲ ਦੇ ਉੱਤੇ ਚੜ੍ਹ ਗਿਆ, ਉਹਨਾਂ ਲਈ ਉਤਰਨਾ ਇੱਕ ਬਹੁਤ ਹੀ ਮੁਸ਼ਕਲ ਜੀ ਫੈਸਲਾ ਹੈਗਾ। ਤਾਂ ਇਹ ਜਿਹੜੇ ਫੈਸਲੇ ਹੈਗੇ ਆ, ਠੀਕ ਹੈ ਆਪਾਂ ਕਹਿ ਦਿੰਦੇ ਹੈਗੇ ਕਿ ਆਪਾਂ ਖੁਦਾ ਯਿਸੂ ਮਸੀਹ ਨੂੰ ਮੰਨ ਲਈਏ ਜੀ, ਤਾਂ ਇਹ ਜਿਹੜਾ ਪੁਆਇੰਟ ਤੁਸੀਂ ਪੁੱਟ ਅਕ੍ਰੋਸ ਕਰਦੇ ਹੈਗੇ ਆ, ਤਾਂ ਤੁਸੀਂ ਵਿਟਨੈਸ ਕਿੱਦਾਂ ਕਰਦੇ ਫਿਰ ਦੂਸਰਿਆਂ ਨੂੰ ਵੀ, ਹਾਂ ਵੀ ਤੁਸੀਂ ਵੀ ਹਟੋ ਇਸ ਕੰਮ ਦੇ ਵਿੱਚੋਂ। ਵਿਟਨੈਸ ਸਾਨੂੰ ਆਪਣੀ ਆਪਣੀ ਗਵਾਹੀ ਆਪ ਦੇਣੀ ਪੈਂਦੀ ਹੈ, ਅਸੀਂ ਆਪ ਵਿਟਨੈਸ ਹਾਂ। ਸਭ ਤੋਂ ਵੱਡੀ ਇਹੀ ਜੀ, ਅਸੀਂ ਆਪਣੇ ਆਪ ਨੂੰ ਸਹੀ ਰੱਖਾਂਗੇ ਤਾਂ ਅਸੀਂ ਆਪਣੀ ਗਵਾਹੀ ਆਪ ਦੇ ਸਕਦੇ ਹਾਂ ਵੀ ਅਸੀਂ ਗਵਾਹ ਹਾਂ ਖੁਦਾ ਦੇ, ਵੀ ਅਸੀਂ ਜਵਾਨੀ ਦੇ ਨਾਲ ਲੰਘ ਕੇ ਆਏ ਹਾਂ, ਸਟਿਲ ਜਵਾਨੀ ਦੇ ਵਿੱਚ ਵੀ ਹਾਂ, ਅਤੇ ਅਸੀਂ ਇਹ ਕੰਮ ਨਹੀਂ ਕੀਤੇ ਅਤੇ ਤੁਹਾਡੇ ਸਾਹਮਣੇ ਅਸੀਂ ਵੀ ਰਹਿ ਰਹੇ ਦੁਨੀਆ 'ਚ। ਤੁਸੀਂ ਇਹ ਕਹਿ ਰਹੇ ਹੈਗੇ ਆ ਕਿ ਜਿਹੜਾ ਤੁਹਾਡੀ ਇੱਕ ਤਰ੍ਹਾਂ ਦੀ ਟੈਸਟਮਨੀ ਆ, ਤੁਸੀਂ ਉਹ ਸ਼ੇਅਰ ਕਰਦੇ ਹੈਗੇ ਜੀ, ਬਿਲਕੁਲ। ਸੋ ਇਹ ਜਿਹੜੇ ਕੰਮ ਤੁਸੀਂ ਕਰ ਰਹੇ ਹੈਗੇ, ਹੁਣ ਆਪਾਂ ਉਹਨਾਂ ਵੱਲ ਵੀ ਧਿਆਨ ਥੋੜ੍ਹਾ ਕੁ ਦੇਣਾ ਹੈਗਾ, ਪਰ ਉਹ ਤੋਂ ਪਹਿਲਾਂ ਮੈਂ ਚਾਹੁੰਦਾ ਹੈਗਾ ਕਿ ਦੱਸੋ ਫਿਰ ਤੁਸੀਂ ਇੰਗਲੈਂਡ ਕਦੋਂ ਆਏ? ਇੰਗਲੈਂਡ ਮੈਂ 2008 ਦੇ ਵਿੱਚ ਆਇਆ। ਅੱਛਾ, ਤਾਂ ਉਹ ਇੱਥੇ ਆ ਕੇ ਤੁਸੀਂ ਫਿਰ ਕੰਮ ਕਾਰ ਵੀ ਆਪਣਾ ਸ਼ੁਰੂ ਕੀਤਾ ਔਰ ਤੁਸੀਂ ਗਾਂ ਵਧੇ ਜੀ? ਖੁਦਾ ਨੇ ਸਭ ਕੁਛ ਕੀਤਾ ਮੇਰੇ ਲਈ ਜੀ। ਹਾਂਜੀ, ਜੀ ਸੋਰੀ, ਇਹ ਵੀ ਦੱਸੋ ਕਿ ਵਿਆਹ ਸ਼ਾਦੀ ਵੀ ਹੋਇਆ ਤੁਹਾਡਾ? ਜੀ, ਵਿਆਹ ਵੀ ਮੇਰਾ ਇੰਗਲੈਂਡ 'ਚ ਹੀ ਹੋਇਆ। ਦੈਨ ਖੁਦਾ ਨੇ ਮੈਨੂੰ ਇੱਕ ਚੰਗੀ ਵਾਈਫ ਦਿੱਤੀ, ਬੱਚਾ ਦਿੱਤਾ, ਖੁਦਾ ਨੇ ਵੀ ਬਰਕਤ ਦਿੱਤੀ, ਅੱਛਾ ਕੰਮ ਕਰ ਦਿੱਤਾ, ਸਾਰਾ ਕੁਝ ਦਿੱਤਾ ਜੋ ਇਨਸਾਨ ਨੂੰ ਦੁਨੀਆਂ ਵਿੱਚ ਚਾਹੀਦੀ ਬਰਕਤਾਂ ਦਿੱਤੀਆਂ ਖੁਦਾ ਨੇ ਉਹ ਸਾਰੀਆਂ ਦਿੱਤੀਆਂ ਮੈਨੂੰ। ਉਹ ਤੁਹਾਡੇ ਖਿਆਲ ਦੇ ਵਿੱਚ ਉਹ ਖੁਦਾ ਦੀ ਬਰਕਤ ਹੈਗੀ ਹੈ ਜੀ? ਅਤੇ ਮਾਂ ਬਾਪ ਦੀਆਂ ਦੁਆਵਾਂ ਆ, ਬਿਲਕੁਲ, ਭੈਣ ਭਰਾਵਾਂ ਦੀਆਂ। ਅਤੇ ਤੁਸੀਂ ਜਿਹੜੇ ਫੈਮਿਲੀ ਵੈਲਿਊਜ਼ ਆਪਣੇ ਮਾਂ ਬਾਪ ਤੋਂ ਸਿੱਖੇ ਆ, ਉਹ ਤੁਸੀਂ ਹੁਣ ਗਾਂ ਪਾਸ ਔਨ ਕਰ ਰਹੇ ਹੈਗੇ ਜੀ? ਬਿਲਕੁਲ ਜੀ, ਮੇਰਾ ਬੇਟਾ ਵੀ ਜਿੱਦਾਂ ਬਚਪਨ ਤੋਂ ਸਾਡੇ ਡੈਡ ਨੇ ਸਾਨੂੰ ਸਿਖਾਇਆ ਸੀ ਸਵੇਰ ਨੂੰ ਸਕੂਲੇ ਜਾਣ ਤੋਂ ਪਹਿਲਾਂ, ਰੈਡੀ ਹੋਣ ਤੋਂ ਪਹਿਲਾਂ, ਰੈਡੀ ਹੋ ਕੇ ਸਕੂਲੇ ਜਾਣ ਤੋਂ ਰੈਡੀ ਕਰਕੇ ਸਾਨੂੰ ਪ੍ਰੇਅਰ ਕਰਨੀ ਬਿਫੋਰ ਬ੍ਰੇਕਫਾਸਟ ਤੋਂ, ਹਾਂਜੀ, ਨਾਲ ਸਾਨੂੰ ਬਿਠਾਉਣਾ, ਪ੍ਰਾਰਥਨਾ ਕਰਨੀ ਸਿਖਾਈ, ਉਹੀ ਮੇਰਾ ਹੁਣ ਬੇਟਾ ਕਰ ਰਿਹਾ ਇੱਥੇ। ਤਾਂ ਹਾਂ, ਇੰਪੋਰਟੈਂਟ ਤੁਹਾਡੇ ਖਿਆਲ ਦੇ ਵਿੱਚ ਹੈਗਾ ਕਿ ਮਸੀਹਤ ਜਿੱਦਾਂ ਕਹਿੰਦੇ ਹੁੰਦੇ ਵੀ ਫੈਮਿਲੀ ਵੈਲਿਊਜ਼ ਜਾਂ ਵੀ ਅਟੈਂਡ ਕਰਨਾ ਚਰਚ, ਟੀਨੇਜਰਸ ਨੂੰ ਵੀ ਤੁਸੀਂ ਤਾਲੀਮ ਦੇਣੀ ਹੈਗੀ ਹੈ, ਇਹ ਕਿੰਨਾ ਇੰਪੋਰਟੈਂਟ ਹੈਗਾ ਜ਼ਿੰਦਗੀ ਦੇ ਵਿੱਚ? ਬਹੁਤ ਇੰਪੋਰਟੈਂਟ ਹੈ, ਕਿਉਂਕਿ ਇੰਪੋਰਟੈਂਟ ਜੇ ਆਪਾਂ ਟੀਨੇਜਰ ਨੂੰ ਜਵਾਨੀ ਦਿਨਾਂ ਆਪਾਂ ਖੁਦਾ ਦਾ ਵਚਨ ਜਾਂ ਆਪਣੀ ਟੈਸਟਮਨੀ ਨਹੀਂ ਸ਼ੇਅਰ ਕਰਦੇ, ਦੈਨ ਟੀਨੇਜਰ ਓਬਵੀਅਸਲੀ ਰੋਂਗ ਸਾਈਡ 'ਤੇ ਜਾਣਗੇ। ਉਹਨਾਂ ਨੂੰ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਮੈਂ ਟੋਨੀ ਸਾਹਿਬ ਇਹ ਦੇਖਦਾ ਹੈਗਾ ਕਿ ਹੁਣ ਸੋ ਫਾਰ ਜਿਹੜੀ ਤੁਸੀਂ ਆਪਣੀ ਪਿਕਚਰ ਪੇਂਟ ਕੀਤੀ ਹੈਗੀ ਆ ਜੀ, ਮੈਨੂੰ ਹੁਣ ਇਹ ਦੱਸ ਰਿਹਾ ਹੈਗਾ ਕਿ ਜਿਹੜੀ ਤੁਹਾਡੀ ਪਹਿਲੀ ਪਿਕਚਰ ਸੀਗੀ ਉਹ ਬੜੀ ਖੁਸ਼ੀ ਦੀ ਸੀ, ਉਹ ਬੜੀ ਜਿੱਦਾਂ ਕਹਿੰਦੇ ਹੁੰਦੇ ਮਾਂ ਬਾਪ ਨੇ ਤੁਹਾਡੀ ਬੜੀ ਹੈਲਪ ਕੀਤੀ, ਤੁਹਾਨੂੰ ਗਾਂਹ ਵਧਾਇਆ, ਤੁਸੀਂ ਪੜ੍ਹੇ ਲਿਖੇ, ਤੁਸੀਂ ਇੱਥੋਂ ਤਾਂ ਕਿ ਚਰਚ ਜਾਂਦੇ ਸੀਗੇ, ਫੈਮਿਲੀ ਵੈਲਿਊਜ਼ ਤੁਹਾਡੇ ਅੱਛੇ ਸੀਗੇ, ਫਿਰ ਤੁਸੀਂ ਇੰਗਲੈਂਡ ਆ ਗਏ ਹੈਗੇ ਆ, ਠੀਕ ਹੈ ਨਾ? ਪਰ ਤੁਸੀਂ ਐਕਚੁਅਲੀ ਜਦੋਂ ਬੋਰਨ ਅਗੇਨ ਜਿਹਨੂੰ ਕਹਿੰਦੇ ਹੈਗੇ, ਜਿਹਨੂੰ ਕਹਿੰਦੇ ਵੀ ਮੈਂ ਸੇਵ ਹੋ ਗਿਆ ਹੈਗਾ, ਤੁਹਾਡੀ ਜ਼ਿੰਦਗੀ ਕਿੱਦਾਂ ਤਬਦੀਲ ਹੋਈ? ਹੁਣ ਕੀ ਤੁਹਾਡਾ, ਕਿਹੜੀਆਂ ਚੀਜ਼ਾਂ ਕਰਦੇ ਤੁਸੀਂ ਜਿਹੜੀਆਂ ਤੁਸੀਂ ਪਹਿਲਾਂ ਨਹੀਂ ਕਰਦੇ ਸੀਗੇ? ਮੈਂ 1990 ਦੇ ਵਿੱਚ ਬਪਟਿਸਮਾ ਲਿਆ ਜਦੋਂ, ਨਾ ਬਪਟਾਈਜ਼ ਤੋਂ ਬਾਅਦ ਮੇਰਾ ਮਨ ਇੱਕ ਵਾਰ ਚੇਂਜ ਹੋ ਗਿਆ ਇਕਦਮ ਹੀ। ਪਹਿਲਾਂ ਤਾਂ ਜਵਾਨੀ ਦੇ ਨਾਲ ਯਾਰਾਂ ਦੋਸਤਾਂ ਨਾਲ ਬੈਠਣਾ ਉੱਠਣਾ ਸਾਰੀ ਗੱਪਾਂ ਛੱਪਾਂ ਮਾਰਨੀਆਂ, ਬਟ ਉਹ ਤੋਂ ਬਾਅਦ ਬਹੁਤ ਚੇਂਜਿੰਗ ਕਰਤੀ ਖੁਦਾ ਨੇ, ਵੀ ਖੁਦਾ ਨੇ ਮੈਨੂੰ ਦੱਸਿਆ ਵੀ ਤੂੰ ਆਹ ਰਾਹ ਫੜ ਅਤੇ ਆਹ ਕੁਛ ਹੋਏਗਾ। ਫਿਰ ਮੈਂ ਇੰਗਲੈਂਡ 'ਚ ਆਇਆ, ਖੁਦਾ ਮੈਨੂੰ ਇੰਗਲੈਂਡ 'ਚ ਲੈ ਕੇ ਆਇਆ, ਫਿਰ ਇੰਗਲੈਂਡ 'ਚ ਰਹਿੰਦੇ ਹੋਏ ਮੈਂ ਸੈਂਚਰੀ ਚਰਚ ਜਾਂਦਾ ਰਿਹਾ, ਅਤੇ ਖੁਦਾ ਨੇ ਮੈਨੂੰ ਉੱਥੋਂ ਵੀ ਯੂਜ਼ ਕੀਤਾ, ਵੀ ਮੈਨੂੰ ਪ੍ਰਾਰਥਨਾਵਾਂ ਬਰਕਤਾਂ ਦਿੱਤੀਆਂ, ਅਤੇ ਫਿਰ ਮੈਂ ਸੋਚਿਆ ਵੀ ਹੌਲੀ ਹੌਲੀ ਖੁਦਾ ਮੈਨੂੰ ਅੱਗੇ ਵਧਾਉਂਦਾ ਗਿਆ। ਇਸ ਤਰ੍ਹਾਂ ਤੁਹਾਡੀ ਰਿਲੇਸ਼ਨਸ਼ਿਪ ਜਿਹੜੀ ਖੁਦਾ ਨਾਲ ਵੱਧਦੀ ਗਈ, ਵੱਧਦੀ ਆਫਟਰ ਬਪਟਾਈਜ਼? ਅੱਛਾ, ਬਪਤਿਸਮਾ ਲੈ ਕੇ? ਹਾਂਜੀ। ਤਾਂ ਸਪਿਰਿਚੁਅਲੀ ਤੁਸੀਂ ਗਾਂ ਫਿਰ ਜੀ ਵਧੇ ਹੈਗੇ? ਤਾਂ ਬ੍ਰਦਰ ਜੀ, ਤੁਸੀਂ ਇਹ ਦੱਸੋ ਕਿ ਤੁਹਾਡੀ ਵਾਈਫ ਤੁਹਾਨੂੰ ਕਿੱਦਾਂ ਮਿਲੀ? ਵਾਈਫ ਮੇਰੀ ਇੱਦਾਂ ਮਿਲੀ, ਜਦੋਂ ਮੈਂ ਚਰਚ ਜਾਂਦਾ ਹੁੰਦਾ ਸੀ ਇੱਥੇ ਸੈਂਚਰੀ ਚਰਚ ਜਾਂਦਾ ਹੁੰਦਾ ਸੀ, ਅਤੇ ਇੱਥੇ ਰੈਗੂਲਰ ਚਰਚ ਜਾਂਦਾ, ਮੇਰੀ ਵਾਈਫ ਉੱਥੇ ਆਉਣ ਲੱਗ ਪਏ, ਅਤੇ ਮੈਂ ਖੁਦਾ ਨੂੰ ਇਹ ਪੁੱਛਿਆ ਸੀ ਵੀ ਕੀ ਵਾਕਈ ਮਿਲਿਆ ਪਰਫੈਕਟ ਲਾਈਫ ਪਾਰਟਨਰ ਹੈ? ਖੁਦਾ ਨੇ ਮੈਨੂੰ ਪ੍ਰਾਰਥਨਾ ਦੂਜੇ ਦਿਨ ਦੱਸਿਆ ਵੀ ਬਾਕੀ ਤੇਰੇ ਵਾਈਫ ਪਰਫੈਕਟ ਤੇਰੇ ਵਾਸਤੇ ਪਾਰਟਨਰ ਆ। ਦੈਨ ਮੈਂ ਸੈਂਚਰੀ ਚਰਚ ਤੋਂ ਇਹਨਾਂ ਨੂੰ ਮਿਲਿਆ। ਅੱਛਾ, ਹਸਬੈਂਡ ਵਾਈਫ ਦੋਨੀ ਅਸੀਂ ਸੇਵਾ ਕਰਦੇ ਹੈਗੇ ਜੀ, ਤਾਂ ਤੁਹਾਡੇ ਕੋਲ ਛੋਟਾ ਬੱਚਾ ਵੀ? ਜੀ ਬਿਲਕੁਲ। ਹਾਂਜੀ, ਤਾਂ ਇਹ ਜਿਹੜੀ ਤੁਹਾਡੀ ਸਰਵਿੰਗ ਆ, ਇਹ ਤੁਸੀਂ ਇੱਕ ਯੂਥ ਵਰਕ ਕਾਫੀ ਤੁਸੀਂ ਵੀ ਮਤਲਬ ਇਨਵੋਲਵਡ ਹੈਗੇ ਯੂਥ ਵਰਕ ਦੇ ਵਿੱਚ ਜੀ, ਇੰਡੀਆ ਦੇ ਵਿੱਚ ਵੀ ਰਹੇ ਜੀ, ਬਿਲਕੁਲ, ਪੰਜਾਬ ਪੁਲਿਸ ਦੇ ਵਿੱਚ ਵੀ ਰਹੇ ਹਾਂ ਜੀ, ਬਿਲਕੁਲ।
ਤਾਂ ਬੈਂਕ ਦੇ ਵਿੱਚ ਵੀ ਕੰਮ ਕੀਤਾ, ਸੈਮੀਨਰੀ ਵੀ ਕੀਤੀ, ਸੈਮੀਨਰੀ ਵੀ ਕੀਤੀ, ਔਰ ਹੁਣ ਤੁਸੀਂ ਅੰਬੈਸਡਰ ਫੋਰ ਕ੍ਰਾਈਸਟ ਉਹਦੀ ਟੀਮ ਬਣ ਕੇ ਤੁਸੀਂ ਉਹ ਵੀ ਕੰਮ ਕਰਦੇ ਹੈਗੇ ਹੈ, ਔਰ ਤੁਸੀਂ ਇੱਥੋਂ ਤਾਈਂ ਕਿ ਤੁਸੀਂ ਹੁਣ ਸਟਰੀਟ ਪ੍ਰੀਚਿੰਗ ਵੀ ਕਰਦੇ ਹੈਗੇ। ਜੀ ਬਿਲਕੁਲ। ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਦੱਸੋ ਵੀ ਇਹ ਤੁਹਾਨੂੰ ਅੰਦਰੋਂ ਕਿੱਦਾਂ ਤੁਹਾਡੇ ਜੋਸ਼ ਹੈ ਵੀ ਕਿ ਨੌ ਵੀ ਜਿਹੜੇ ਲੈੱਸ ਫੋਰਚੁਨੇਟ ਹੈ ਵੀ ਅਸੀਂ ਇਹਨਾਂ ਦੀ ਮਦਦ ਕਰਨੀ, ਯੂਥ ਦੀ ਮਦਦ ਕਰਨੀ, ਜਿਹੜੇ ਭਟਕੇ ਹੋਏ ਬੰਦੇ ਉਹਨਾਂ ਦੀ ਮਦਦ ਕਰਨੀ, ਇਹ ਤੁਹਾਨੂੰ ਕਿੱਦਾਂ ਵੀ ਮਤਲਬ ਪਿਆਰ ਹੋ ਗਿਆ ਇਸ ਚੀਜ਼ ਨਾਲ? ਮੈਂ ਐਵਰੀ ਡੇ ਜਦੋਂ ਨਾ ਅਸੀਂ ਆਪਣਾ ਖਾਣਾ ਖਾਣ ਤੋਂ ਪਹਿਲਾਂ ਪ੍ਰਾਰਥਨਾ ਕਰੀਦੀ ਹੈ ਵੀ ਖੁਦਾ ਭੁੱਖਿਆਂ ਨੂੰ ਵੀ ਰੋਟੀ ਦੇ, ਕੰਮ ਵਾਲਿਆਂ ਨੂੰ ਕੰਮ ਦੇ, ਇਹਨਾਂ ਕੋਲ ਕੰਮ ਹੈ ਨਹੀਂ, ਲੋੜਵੰਦੇ ਲੋੜਾਂ ਪੂਰੀਆਂ ਕਰ। ਖੁਦਾ ਨੇ ਕਦੇ ਮਨ 'ਚ ਮਨ 'ਚ ਪਾਇਆ ਮੇਰੇ ਬਈ ਵੀ ਉਹਨਾਂ ਰੋਟੀ ਦੇਣੀ ਕਹਿੰਦੇ ਆ, ਮੈਂ ਤੁਹਾਨੂੰ ਹੀ ਯੂਜ਼ ਕਰਨਾ ਆ। ਅਤੇ ਉਸ ਤੋਂ ਬਾਅਦ ਮੈਂ ਜਾ ਕੇ ਫਿਰ ਉਹਨਾਂ ਨੂੰ ਅਤੇ ਮੈਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਦੈਨ ਖੁਦਾ ਨੇ ਮੈਨੂੰ ਚੁਣਿਆ ਵੀ ਇੱਦਾਂ ਜਿਹੜੇ ਭੁੱਖੇ ਹੋਮਲੈਸ ਆ ਉਹਨਾਂ ਰੋਟੀ ਦੇਣੀ ਸ਼ੁਰੂ ਕੀਤੀ, ਰੋਟੀ ਕੱਪੜਾ ਜਿੰਨਾ ਵੀ ਸੜਕੋ ਹੋ ਸਕਦਾ ਕਰੀਦਾ ਉਹਨਾਂ ਵਾਸਤੇ, ਇਹ ਵੀ ਖੁਦਾ ਦਾ ਬਚਨ ਵੀ ਸੁਣਾਈਦਾ ਉਹਨਾਂ ਵਾਸਤੇ। ਤਾਂ ਇਹ ਜਿਹੜਾ ਹੋਮਲੈਸਨੈਸ ਹੈਗੀ ਆ ਜੀ, ਇਹਦਾ ਵਾਟ ਆਰ ਦਾ ਮੇਨ ਕੋਜ਼ਿਸ ਵੀ, ਇਹ ਕਿਉਂ ਹੁੰਦੀ, ਕਿਉਂ ਇੱਦਾਂ? ਹੋਮਲੈਸ ਦਾ ਇਹ ਤਾਂ ਗੌਰਮੈਂਟ ਬਸ ਕਹਿ ਸਕਦਾ ਕਿ ਗੌਰਮੈਂਟ ਉਹਨਾਂ ਦੇ ਕੋਲ, ਉਹਨਾਂ ਕੋਲ ਆਈਡੀਆ ਵਗੈਰਾ ਕੁਛ ਹੈ ਨਹੀਂ, ਕੁਛ ਉਹ ਲੈ ਨਹੀਂ ਸਕਦੇ ਗੌਰਮੈਂਟ ਦੇ ਕੋਲੋਂ। ਇਸ ਬਿਗ ਪ੍ਰੋਬਲਮ ਹੈ ਸਿਟੀ ਸੈਂਟਰ ਦੇ ਇਸ ਵੇਲੇ ਤਾਂ ਬਹੁਤ ਹੀ ਬਹੁਤ ਜ਼ਿਆਦਾ ਹੈਗੀ ਆ ਜੀ। ਤਾਂ ਮੇਰਾ ਸਵਾਲ ਇਹ ਆ ਕਿ ਜਿਹੜੇ ਯੂਥ ਹੈਗੇ ਆ, ਜਾਂ ਤੁਸੀਂ ਯੂਥ ਵੀ ਕਈ ਵਾਰੀ ਤੁਸੀਂ ਕਹਿ ਨਹੀਂ ਸਕਦੇ, ਕਈ ਵਾਰੀ ਬਜ਼ੁਰਗ ਵੀ ਹੈਗੇ ਆ ਬਿਲਕੁਲ ਜ਼ਿਆਦਾ, ਉਹਨਾਂ ਉੱਤੇ ਇੰਨੇ ਪ੍ਰੋਬਲਮ ਹੈ ਜਾਂਦੇ ਵੀ ਇਹ ਨਹੀਂ ਆਪਾਂ ਸੋਚ ਸਕਦੇ ਵੀ UK ਦੇ ਵਿੱਚ ਰਹਿ ਕੇ, UK ਵਿੱਚ ਆਪਾਂ ਹੋ ਕੇ ਵੀ ਇਹ ਕਿਉਂ ਹੁੰਦਾ ਹੈਗਾ। ਇਹ ਵੀ ਹੋ ਸਕਦਾ ਕਿ ਉਹਨਾਂ ਦੀ ਫੈਮਿਲੀ ਪ੍ਰੋਬਲਮਸ ਹੋਣ, ਸ਼ਾਇਦ ਉਹਨਾਂ ਦੀ ਫੈਮਿਲੀ ਪ੍ਰੋਬਲਮਸ ਦੇ ਵਿੱਚੋਂ ਬਾਹਰ ਦੌੜ ਜਾਂਦੇ ਆ। ਮੋਸਟਲੀ ਜਿੱਥੇ ਤੱਕ ਮੈਂ ਲੋਕਾਂ ਨੂੰ ਮਿਲਿਆ, ਉਹਨਾਂ ਦੀ ਫੈਮਿਲੀ ਪ੍ਰੋਬਲਮਸ ਜ਼ਿਆਦਾ ਹੈ, ਕਿਉਂਕਿ ਡਿਸਟਰਬ ਹੋਏ ਪਏ ਫੈਮਿਲੀਆਂ ਦੇ ਵਿੱਚੋਂ, ਕਿਸੇ ਦੇ ਮਾਂ ਪਿਓ ਨੂੰ, ਬੱਚੇ ਨੂੰ ਬਾਹਰ ਕੱਢਿਆ ਆ ਅਤੇ ਬੱਚਿਆਂ ਨੇ ਮਾਂ ਪਿਓ ਨੂੰ ਬਾਹਰ ਕੱਢਿਆ ਹੋਇਆ ਘਰੋਂ। ਈਵਨ ਏਸ਼ੀਅਨ ਲੋਕ ਬਹੁਤ ਮਿਲਦੇ ਆ ਮੈਨੂੰ ਹੋਮਲੈਸ ਜਿਹੜੇ ਹੋਏ ਪਏ ਬਰਮਿੰਗਮ ਸੈਂਟਰ 'ਚ। ਕਈਆਂ ਦੇ ਮੈਂਟਲ ਪ੍ਰੋਬਲਮਸ ਵੀ ਅੱਜ ਕੱਲ੍ਹ ਤੋਂ ਨਹੀਂ, ਜ਼ਿਆਦਾ ਜੀ, ਬਹੁਤ ਜ਼ਿਆਦਾ ਮੈਂਟਲੀ ਅਪਸੈਟ ਹੈਗੇ ਮੈਂਟਲੀ ਅਪਸੈਟ ਹੈਗੇ ਆ। ਔਰ ਇਹ ਵੀ ਆ ਕਿ ਉਹਨਾਂ ਦੇ ਜਿਹੜੇ ਹੈਲਥ ਡਿਸਔਰਡਰਸ ਕਈਆਂ ਨੂੰ ਵੀ ਹੈਗੇ। ਹੁਣ ਇੰਨੀ ਆਪਾਂ ਜਿੱਦਾਂ ਕਹਿੰਦੇ ਵਿੰਟਰ ਦੇ ਵਿੱਚੋਂ ਦੀ ਲੰਘ ਕੇ ਆਏ, ਤਾਂ ਸੋਚਣਾ ਚਾਹੀਦਾ ਵੀ ਆਪਾਂ ਤਾਂ ਰਜਾਈਆਂ ਦੇ 'ਚ ਪੈ ਜਾਂਦੇ ਹੈਗੇ, ਬਲੈਂਕਟ ਵੀ ਲੱਗੇ ਹੋਏ ਹੈਗੇ ਆ, ਤਾਂ ਹੀਟਿੰਗ ਵੀ ਲੱਗੀ ਹੋਈ ਤਾਂ ਆਪਾਂ ਫੇਰ ਵੀ ਠੰਡੇ ਹੈਗੇ। ਤਾਂ ਜਿਹੜੇ ਵਿਚਾਰੇ ਉੱਥੇ ਗਰੀਬ ਛਿੜਕਾਂ ਦੇ ਉੱਤੇ ਕਾਰਡਬੋਰਡ ਬੋਕਸਿਸ ਦੇ ਵਿੱਚ ਤੁਸੀਂ ਤਾਂ ਦੇਖਦੇ ਹੈਗੇ, ਤਾਂ ਤੁਸੀਂ ਉਹਨਾਂ ਨਾਲ ਦੇਖਦੇ ਹੈਗੇ ਆ, ਤਾਂ ਉਹਨਾਂ ਦੀ ਜਿਹੜੀ ਲਾਈਫ ਹੈਗੀ ਆ, ਤਾਂ ਵੀ ਉਹ ਤਾਂ ਇਸ ਪੁਆਇੰਟ 'ਤੇ ਆਈ ਹੋਊਗੀ ਵੀ ਸ਼ਾਇਦ ਉਹ ਖੁਦਕੁਸ਼ੀ ਕਰਨ ਲਈ ਵੀ ਤਿਆਰ ਹੈਗੇ। ਬਹੁਤ ਲੋਕ ਸੋਚਦੇ ਇੱਦਾਂ ਜੀ ਵੀ ਸੁਸਾਈਡ ਕਰ ਲਈਏ, ਆਪਣੇ ਨੂੰ ਮਾਰ ਲਈਏ, ਇੱਥੇ ਦੁਨੀਆ 'ਤੇ ਰਹਿ ਕੇ ਕੀ ਕਰਨਾ, ਇੱਦਾਂ ਇੱਕ ਹੈਪਨ ਹੋ ਵੀ ਚੁੱਕਾ ਹੈ, ਇੱਕ ਠੰਡਾ ਕਰਕੇ ਮਰ ਗਿਆ ਨੌਜਵਾਨ। ਬਟ ਉਹਨਾਂ ਨੂੰ ਜਦੋਂ ਖੁਦਾ ਦਾ ਬਚਨ ਸੁਣਾਉਂਦੇ ਉਹਨਾਂ ਨੂੰ, ਪਰ ਉਹਨਾਂ ਨੂੰ ਤਸੱਲੀ ਮਿਲਦੀ ਹੈ ਫਿਰ ਉਹਨਾਂ। ਤੁਸੀਂ ਐਕਸਪਲੇਨ ਕਰੋ ਜਾਂ ਕੋਈ ਜਿੱਦਾਂ ਕਹਿੰਦੇ, ਜਿੱਦਾਂ ਮੈਂ ਇੱਕ ਵਾਰੀ ਇੱਕ ਦਸੰਬਰ ਦੇ ਵਿੱਚ, ਅਤੇ ਇੱਕ ਮੈਂ ਵਾਈਟ ਮੈਨ ਸੀ, ਉਹਨੂੰ ਮੈਂ ਨਾ ਡਰਿੰਕ ਦੇ ਰਿਹਾ, ਚਾਹ ਦੇ ਦਿੱਤੀ, ਅਤੇ ਉਹ ਲਹੂ ਸਾਰਾ ਇੱਥੇ ਵਗ ਰਿਹਾ, ਟੋਪੀ ਲਈ ਸੀ ਉਹਨੇ। ਦੈਨ ਮੈਂ ਉਹਨੂੰ ਪੁੱਛਿਆ, ਤਾਂ ਹੈਂਡ ਹੱਥ ਫੜ ਕੇ ਉਹਦੀ ਪ੍ਰਾਰਥਨਾ ਸ਼ੁਰੂ ਕੀਤੀ ਉਹਦੇ ਵਾਸਤੇ ਕਰਨੀ, ਅਤੇ ਉਹਨੇ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਅੱਖਾਂ ਗੱਲ ਸ਼ੁਰੂ ਕਰਤੀ ਕਰਨੀ। ਦੈਨ ਮੈਂ ਸੋਚਿਆ ਵੀ ਉਹਨੂੰ ਮੈਂ ਪੁੱਛਿਆ ਮੈਂ ਕਿ ਤੇਰਾ ਪਹਿਲਾਂ ਬਲੱਡ ਸਾਫ਼ ਕਰ ਦਵਾਂ, ਕਹਿੰਦਾ ਨਹੀਂ। ਅਤੇ ਜਸਟ ਚਾਹ ਮੰਗੀ, ਚਾਹ ਪੀਤੀ ਉਹਨੇ, ਗਰਮ ਹੋਇਆ ਆਪਣੀ ਬੋਡੀ ਨੇ ਚਾਹ ਨਾਲ। ਦੈਨ ਮੈਂ ਦੂਜੇ ਦਿਨ ਸਵੇਰ ਨੂੰ ਉੱਠ ਕੇ ਪ੍ਰਾਰਥਨਾ ਕੀਤੀ ਉਹਨਾਂ ਹੋਮਲੈਸਾਂ ਵਾਸਤੇ, ਅਤੇ ਖੁਦਾ ਨੇ ਕਿਹਾ ਜੋ ਤੁਸੀਂ ਰਾਤੀ ਕਰਕੇ ਆਇਆ ਨਾ ਉਹ ਮੈਂ ਸੀ ਉੱਥੇ। ਅਤੇ ਮੈਨੂੰ ਬੜਾ ਇਮੋਸ਼ਨਲ ਫੀਲ ਹੋਇਆ ਵੀ ਉਸ ਟਾਈਮ ਵੀ ਆਪਾਂ ਜੇ ਕਿਸੇ ਦੀ ਹੈਲਪ ਕਰਾਂਗੇ ਤਾਂ ਸਮਝੋ ਆਪਾਂ ਖੁਦਾ ਦੇ ਬੰਦੇ ਦੀ ਹੈਲਪ ਕੀਤੀ, ਖੁਦਾ ਦੀ ਹੈਲਪ ਕੀਤੀ ਉੱਥੇ। ਤਾਂ ਵਾਕਿਆ ਦੇ ਵਿੱਚ ਇਹ ਬੜੀ ਡੂੰਘੀ ਚੀਜ਼ ਤੁਸੀਂ ਦੱਸੀ ਹੈਗੀ ਹੈ ਕਿ ਖੁਦਾਵੰਦ ਦਾ ਕਲਾਮ ਵੀ ਇਹੀ ਦੱਸਦਾ ਹੈਗਾ ਕਿ ਜੇ ਤੁਸੀਂ ਗਰੀਬ ਨੂੰ ਖਿਲਾ ਦਿੱਤਾ ਹੈਗਾ ਤਾਂ ਤੁਸੀਂ ਮੈਨੂੰ ਖਿਲਾ ਦਿੱਤਾ ਹੈਗਾ। ਜੀ ਬਿਲਕੁਲ। ਅਤੇ ਜੇ ਤੁਸੀਂ ਉਹਨਾਂ ਨੂੰ ਪਾਣੀ ਵੀ ਪਿਲਾ ਦਿੱਤਾ ਹੈਗਾ ਤਾਂ ਤੁਸੀਂ ਮੈਨੂੰ ਪਾਣੀ ਪਿਲਾ, ਜੇ ਉਹਦੇ ਕੱਪੜਾ ਵੀ ਪਾ ਦਿੱਤਾ ਹੈਗਾ ਤਾਂ ਤੁਸੀਂ ਮੇਰੇ ਕੱਪੜਾ ਪਾ ਰਹੇ। ਕਿਉਂਕਿ ਮੇਰੇ ਨਾਲ ਹੋ ਚੁੱਕਿਆ, ਮੈਂ ਫੀਲ ਕਰਦਾ ਪਿਆ ਇੰਟਰਨਲੀ, ਹੁਣ ਵੀ ਫੀਲ ਕਰਦਾ ਪਿਆ ਮੇਰੇ ਨਾਲ ਖੁਦਾ ਕਿੱਦਾਂ ਗੱਲਬਾਤ ਕਰਦਾ ਉੱਥੇ ਸਟਰੀਟ ਦੇ ਉੱਪਰ ਜਾ ਕੇ। ਸੋ ਇਹ ਹੋਮਲੈਸ ਤਾਂ ਜਿੱਦਾਂ ਕਹਿੰਦੇ ਹੁੰਦੇ ਵੀ ਇੱਕ ਸੈਕਸ਼ਨ ਹੈਗੀ ਜਿੱਥੇ ਤੁਸੀਂ ਜਾ ਕੇ ਖਾਣਾ ਵੀ ਦਿੰਦੇ ਹੈਗੇ, ਤਾਂ ਸਪੋਰਟ ਵੀ ਕਰਦੇ, ਗਰਮ ਕੱਪੜੇ ਵੀ ਦਿੰਦੇ ਹੋਵੋਗੇ, ਤਾਂ ਕਦੀ ਇਹ ਵੀ ਹੋਇਆ ਕਿ ਵੀ ਅਬਿਊਸ ਵੀ ਤਾਂ ਇੱਦਾਂ ਹੋਈ ਹੈਗੀ ਵੀ ਕਿ ਹੋ ਜਾਂਦੇ, ਲੜਨ ਤਾਂ ਹੀ ਤਿਆਰ ਹੋ ਜਾਂਦੇ ਹੈਗੇ ਕਿਉਂਕਿ ਉਹ ਤਾਂ ਆਪ ਨਹੀਂ ਦਿਮਾਗ ਉਹਨਾਂ ਦਾ ਠੀਕ। ਇਹ ਅਬਿਊਸ ਹੋਇਆ ਅਤੇ ਰੀਸੈਂਟਲੀ ਇੱਕ ਸਾਨੂੰ TV ਸਟੇਸ਼ਨ ਵਾਲੇ ਆਏ ਸੀ, ਉਹ ਇੰਟਰਵਿਊ ਲੈ ਰਹੇ ਸੀ, ਉਸ ਬੰਦੇ ਨੇ ਗੁੱਸਾ ਹੋ ਕੇ ਹੈ ਨਾ ਦੂਏ ਦਿਨ ਸਾਡੇ ਤੋਂ ਸਾਡੇ ਮੂੰਹ 'ਤੇ ਥੁੱਕਿਆ ਵੀ ਉਹਨੇ, ਸਾਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਉੱਥੇ। ਕਹਿੰਦੇ ਤੁਸੀਂ ਕੀ ਕਰਦੇ ਪਏ ਹੈ, ਕਹਿੰਦੇ ਤੁਸੀਂ ਆਪਣੇ ਆਪ ਨੂੰ ਫੇਮਸ ਕਰਨ ਲਈ ਕਰਦੇ ਪਏ ਹਾਂ, ਸਾਡੇ ਮੂੰਹ 'ਤੇ ਥੁੱਕਿਆ, ਸਾਨੂੰ ਮਾਰਿਆ ਉਹਨੇ, ਬਟ ਅਸੀਂ ਉਹ ਲਈ ਪ੍ਰਾਰਥਨਾ ਹੀ ਕੀਤੀ ਉਸ ਟਾਈਮ ਉੱਤੇ।
ਬੜੀ ਜਿੱਦਾਂ ਕਹਿੰਦੇ ਹੁੰਦੇ ਮੁਸ਼ਕਲਾਂ, ਜਦੋਂ ਗੁੱਸਾ ਹੁੰਦਾ ਵੀ ਜਵਾਨ ਸੀਗੇ ਅਸੀਂ ਕੁੱਟ ਵੀ ਸਕਦੇ ਸੀ ਉਹਨੂੰ ਮਾਰ ਵੀ ਸਕਦੇ ਜਿੱਦਾਂ ਸਾਡੇ ਮੂੰਹ 'ਚ ਥੁੱਕਿਆ ਉਹਨੇ, ਬਟ ਅਸੀਂ ਖੁਦਾ ਦਾ ਡਰ ਰੱਖ ਕੇ ਉਹਨੂੰ ਬਲੈਸ ਹੀ ਕੀਤਾ ਵੀ। ਬਹੁਤ ਅੱਛੀ ਬਾਤ। ਇੱਕ ਹੋਰ ਚੀਜ਼ ਬਾਰੇ ਮੈਂ ਜਿੱਦਾਂ ਕਹਿੰਦੇ ਹੁੰਦੇ ਵੀ ਗੱਲ ਕਰਨੀ ਚਾਹੁੰਦਾ ਹੈਗਾ ਕਿ ਉਹ ਆਪਣੀਆਂ ਧੀਆਂ ਭੈਣਾਂ ਜੀ ਮਾਵਾਂ ਤਾਂ ਕਿਰਤਾ ਹੀ ਕਿ ਪ੍ਰੋਸਟੀਟਿਊਸ਼ਨ ਵੀ ਬਹੁਤ ਹੀ ਇਸ ਵੇਲੇ ਵਧਿਆ ਹੋਇਆ ਕੰਮ ਜੀ, ਦੂਰ ਨਹੀਂ ਜਾਣਾ, ਸੋਹ ਰੋਡ 'ਤੇ ਤੁਸੀਂ ਦੇਖ ਲਓ ਬਿਲਕੁਲ ਵੀ ਕਿੰਨਾ ਇਹ ਸ਼ੈਤਾਨ ਨੇ ਜਾਲ ਪਾਇਆ ਹੋਇਆ ਹੈਗਾ। ਤਾਂ ਤੁਸੀਂ ਇਹ ਨੋਟਿਸ ਕਰਦੇ ਹੈਗੇ ਬਾਹਰ ਜਦੋਂ ਤੁਸੀਂ ਮਿਲਦੇ? ਬਹੁਤ ਜ਼ਿਆਦਾ। ਅਤੇ ਮੈਂ ਕਹਿ ਸਕਦਾ ਮੱਖੀ ਦੇਖਿਆ ਵੀ ਹੈ, ਲੋਕ ਯੰਗ ਗਰਲਸ ਕੁੜੀਆਂ ਆ ਟੀਨੇਜਰ ਆ ਉਹ ਡਰੱਗਸ ਦੇ ਨਾਲ ਇਹ ਕੰਮ ਦੇ ਵਿੱਚ ਪੈਂਦੀਆਂ, ਕਿਉਂਕਿ ਉਹਨਾਂ ਨੂੰ ਮਾਇੰਡ ਉਹਨਾਂ ਨਾਲ ਨਹੀਂ ਹੁੰਦਾ ਨਾ, ਜਿਸ ਵਜ੍ਹਾ ਉਹ ਇਸ ਬੁਰੇ ਰਾਹ 'ਤੇ ਤੁਰ ਪੈਂਦੀਆਂ ਜੋ ਕਿ ਹੋਣਾ ਨਹੀਂ ਚਾਹੀਦਾ ਸੀ। ਔਰ ਉਹ ਬੁਰੇ ਰਸਤੇ ਦੇ ਵਿੱਚੋਂ ਕੱਢਣਾ ਉਹਨਾਂ ਨੂੰ ਬਚਨ ਦੇ ਦੁਆਰਾ ਬਹੁਤ ਹੀ ਹਾਰਡ ਹੈਗਾ ਜੀ। ਬਿਲਕੁਲ। ਤਾਂ ਵਾਕਿਆ ਦੇ ਵਿੱਚ ਜੇ ਪਵਿੱਤਰ ਆਤਮਾ ਤੁਹਾਡੇ ਨਾਲ ਨਾ ਕੰਮ ਕਰਦੀ ਹੋਵੇ ਤਾਂ ਤੁਸੀਂ ਮੇਰੇ ਖਿਆਲ ਇਹ ਕੰਮ ਕਰ ਨਹੀਂ ਸਕਦੇ ਹੈਗੇ ਆ। ਤਾਂ ਹੋਰ ਤੁਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਇਹ ਦੱਸੋ ਕਿ ਆਪਾਂ ਹਾਊ ਕੈਨ ਵੀ ਹੈਲਪ, ਆਪਾਂ ਕਿੱਦਾਂ ਹੈਲਪ ਕਰ ਸਕਦੇ ਹਾਂ ਇਹ ਹੋਮਲੈਸ ਲਈ, ਜਿੱਦਾਂ ਪ੍ਰੋਸਟੀਟਿਊਸ਼ਨ ਹੈਗੀ, ਹੋਰ ਇੱਦਾਂ ਦੇ ਜਿਹੜੇ ਐਪ ਦੇ ਵਿੱਚ ਦੁਨੀਆ ਫਸੀ ਹੋਈ ਆ, ਵੀ ਤੁਹਾਡੇ ਖਿਆਲ ਦੇ ਵਿੱਚ ਆਪਾਂ ਮੇਰੇ ਵਰਗੇ ਨੋਰਮਲ ਬੰਦੇ ਕਿੱਦਾਂ ਹੈਲਪ ਕਰ ਸਕਦੇ? ਸ਼ਾਇਦ ਇਸ ਵੇਲੇ ਕਈ ਸਰੋਤੇ ਸੁਣਦੇ ਹੋਣ ਕਹਿਣ ਵੀ ਹਾਂ ਵੀ ਅਸੀਂ ਵੀ ਕਰਨਾ ਚਾਹੁੰਦੇ ਜਾਂ ਮਦਦ ਕਰਨੀ ਚਾਹੁੰਦੇ ਹਾਂ ਉਹਨਾਂ। ਜੇ ਤਾਂ UK ਦੇ ਵਿੱਚ ਤੁਸੀਂ ਰਹਿੰਦੇ ਹਾਂ ਜਾਂ ਬਰਮਿੰਗਮ ਦੇ ਵਿੱਚ, ਤੁਸੀਂ ਆ ਸਕਦੇ ਹੋ ਸਾਡੇ ਨਾਲ ਜਾ ਕੇ, ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਇਹ ਵੀ ਮੈਂ ਦੇਖਿਆ ਹੈਗਾ ਆ ਕਿ ਜਦੋਂ ਤੁਸੀਂ ਜਾਂਦੇ ਹੈਗੇ ਆ ਕਿ ਓਬਵੀਅਸਲੀ ਤੁਹਾਨੂੰ ਡੋਨੇਸ਼ਨਸ ਵੀ ਚਾਹੀਦੇ, ਠੀਕ ਹੈ ਨਾ ਜੀ? ਬਿਲਕੁਲ। ਬਿਕੋਜ਼ ਜਦੋਂ ਡੋਨੇਸ਼ਨਸ ਤੋਂ ਬਗੈਰ ਕੰਮ ਨਹੀਂ ਹੁੰਦਾ ਹੈਗਾ, ਫਿਰ ਤੁਸੀਂ ਖੁਦਾ ਦਾ ਕਲਾਮ ਵੀ ਸਿਖਾਉਂਦੇ ਵੀ ਹੈਗੇ ਆ, ਟੀਚ ਵੀ ਕਰ ਸਕਦੇ ਹੈਗੇ ਆ। ਔਰ ਤੁਸੀਂ ਬਹੁਤ ਅੱਛੀ ਗੱਲ ਕੀਤੀ ਕਿ ਰੀਚ ਆਊਟ, ਕਿ ਤੁਸੀਂ ਉਹ ਅੱਜ ਵੀ ਕਈ ਸਰੋਤੇ ਸੁਣਦੇ ਹੋਣਗੇ ਉਹਨਾਂ ਦੇ ਨੇੜੇ ਹੀ ਹੋ ਸਕਦਾ ਹੈਗਾ ਕੋਈ ਗਰੀਬ ਰਹਿੰਦਾ ਹੈਗਾ, ਤੁਸੀਂ ਉਹਨਾਂ ਨੂੰ ਵੀ ਜਾ ਕੇ ਤੁਸੀਂ ਮਦਦ ਕਰ ਸਕਦੇ, ਰੀਚ ਆਊਟ ਕਰ ਸਕਦੇ। ਫਿਰ ਤੁਸੀਂ ਪ੍ਰਾਰਥਨਾ ਵੀ ਕਰ ਸਕਦੇ ਹੈ ਜੀ। ਬਿਲਕੁਲ। ਕਿ ਕਿੰਨੀ ਦੁਨੀਆ ਇਸ ਵੇਲੇ ਪ੍ਰਾਰਥਨਾ ਦੇ ਨਾਲ, ਜਿੱਦਾਂ ਕਹਿੰਦੇ ਹੁੰਦੇ ਉਹ ਸੜਕੋ ਆਪ ਪ੍ਰਾਰਥਨਾ ਕਰਨ ਨੂੰ ਸਾਨੂੰ ਕਹਿੰਦੇ ਆ ਜੀ। ਅੱਛਾ। ਵੀ ਸਾਡੇ ਲਈ ਪ੍ਰਾਰਥਨਾ ਕਰੋ ਅਸੀਂ ਇਹ ਦਲਦਲ ਦੀ ਜ਼ਿੰਦਗੀ 'ਚੋਂ ਬਾਹਰ ਨਿਕਲੀਏ, ਇਸ ਅਸੀਂ ਪ੍ਰੋਬਲਮ ਵਿੱਚੋਂ ਬਾਹਰ ਆ ਸਕੀਏ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਪ੍ਰਾਰਥਨਾ ਤੋਂ ਬਿਨਾਂ ਨਹੀਂ ਨਿਕਲ ਸਕਦੇ। ਸਾਨੂੰ ਆ ਪ੍ਰਾਰਥਨਾ ਵੀ ਕਹਿ ਰਹੇ, ਚਾਹੇ ਕਿਸੇ ਵੀ ਮਜ਼ਹਬ ਦਾ ਆਇਆ ਹੋ, ਪ੍ਰਾਰਥਨਾ ਜ਼ਰੂਰ ਕਰਵਾਉਂਦੇ। ਟੋਨੀ ਸਾਹਿਬ, ਖੁਦਾਵੰਦ ਤੁਹਾਡੇ ਨੀਡਸ ਪੂਰੇ ਕਰਦਾ ਬਹੁਤ ਜ਼ਰੂਰ। ਖੁਦਾਵੰਦ ਤੁਹਾਡੇ ਜਿੱਦਾਂ ਕਹਿੰਦੇ ਹੁੰਦੇ ਦੁਆਵਾਂ ਸੁਣਦਾ? ਜ਼ਰੂਰ ਸੁਣਦਾ ਜੀ ਦੁਆਵਾਂ। ਦੁਆਵਾਂ ਸੁਣਿਆ ਤਾਂ ਤੁਹਾਡੇ ਇੱਥੇ ਸਟੂਡੀਓ 'ਚ ਬੈਠਾ ਜੀ ਮੈਂ। ਤਾਂ ਮਿਰੇਕਲਸ ਹੁੰਦੇ ਆ ਜੀ? ਹੁੰਦੇ ਆ ਜੀ। ਕੋਈ ਸ਼ੇਅਰ ਕਰੋ ਕਿ ਜਿਹੜਾ ਤੁਹਾਡੇ ਅੱਖਾਂ ਦੇ ਸਾਹਮਣੇ ਮਿਰੇਕਲਸ ਹੋਇਆ, ਜਾਂ ਇੱਦਾਂ ਦਾ ਮੋਜ਼ਾ ਹੋਇਆ, ਜਾਂ ਇੱਦਾਂ ਦੀ ਚੀਜ਼ ਹੋਈ ਹੈ ਕਿ ਜਿਹਦੇ ਤਾਂ ਤੁਸੀਂ ਨਹੀਂ ਭੁਲਾ ਸਕਦੇ? ਮੇਰੇ ਜ਼ਿੰਦਗੀ ਵਿੱਚ ਦੋ ਮੋਜ਼ੇ ਹੋਏ ਆ, ਇੱਕ ਤਾਂ ਮੇਰੀ ਆਪਣੀ ਲਾਈਫ ਦਾ ਹੀ, ਕਿਉਂਕਿ ਅਕੋਰਡਿੰਗ ਟੂ ਬਚਨ ਜੇ ਸ਼ੇਅਰ ਕਰ ਸਕਦਾ, ਬਚਨ 'ਚ ਲਿਖਿਆ ਨਾ ਯਸ਼ਾਇਆ ਨਬੀ ਦੀ ਪੁਸਤਕ 41 ਬਾਬ ਦੇ ਵਿੱਚ, ਮਤ ਡਰ ਕਿਉਂਕਿ ਮੈਂ ਤੇਰੇ ਸੰਗ ਹੂੰ, ਇੱਧਰ ਉੱਧਰ ਮਤ ਤਾਕ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਹੂੰ, ਮੈਂ ਤੁਝੇ ਦ੍ਰਿੜ ਕਰੂੰਗਾ ਔਰ ਨਿਸ਼ਚੇ ਹੀ ਤੇਰੀ ਸਹਾਇਤਾ ਕਰੂੰਗਾ, ਔਰ ਆਪਣੇ ਦਹਿਨੇ ਹੱਥ ਕੇ ਸਾਥ ਤੁਝੇ ਸੰਭਾਲੇ ਰੱਖੂੰਗਾ। ਇਹ ਵਚਨ ਮੇਰੀ ਜ਼ਿੰਦਗੀ ਵਿੱਚ ਪੂਰਾ ਹੋਇਆ ਇਸ ਤਰ੍ਹਾਂ, ਜਦੋਂ ਮੈਂ ਇੰਡੀਆ ਤੋਂ ਤੁਰ ਇੰਗਲੈਂਡ ਤੋਂ ਆਇਆ ਅਤੇ ਮੇਰੇ ਇੱਥੇ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਮੇਰੇ 'ਤੇ ਵੀ ਜੀ, ਪਰ ਖੁਦਾ ਦਾ ਵਚਨ ਮੈਨੂੰ ਸਹਾਰਾ ਦਿੰਦਾ ਰਿਹਾ, ਮਤ ਡਰ ਇੱਧਰ ਉੱਧਰ ਨਾ ਦੇਖ, ਮੇਰੇ ਵਚਨ ਦੇ ਨਾਲ ਲੱਗਾ ਰਿਹਾ, ਇਹਨੂੰ ਪੜ੍ਹ, ਇਹਦੇ ਕਲਾਮ ਦੇ ਮਗਰ ਚੱਲ, ਅਤੇ ਮੈਂ ਤੇਰੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਂਗਾ, ਖੁਦਾ ਨੇ ਅੱਜ ਕੀਤੀਆਂ, ਅਤੇ ਸਭ ਤੋਂ ਵੱਡਾ ਮਿਰੇਕਲ ਮੇਰੇ ਲਈ ਹੈ। ਅਤੇ ਇੱਕ ਮਿਰੇਕਲ ਹੋਇਆ ਜਦੋਂ ਮੈਂ ਹੋਮਲੈਸ ਲਈ ਗਿਆ ਸੀ, ਉਹਦੀ ਲੱਤ ਵਿੱਚ, ਉਹ ਫੁੱਟਬਾਲ ਖੇਡਦਾ ਮੁੰਡਾ ਹੋਮਲੈਸ ਸੀਗਾ, ਅਤੇ ਉਹਦੀ ਲੱਤ ਵਿੱਚ ਫ੍ਰੈਕਚਰ ਹੋਇਆ ਪਿਆ ਸੀ, ਪੈਰ ਚੱਲ ਨਹੀਂ ਸਕਦਾ ਸੀ, ਅਤੇ ਅਸੀਂ ਸਾਰੀ ਟੀਮ ਨੇ ਪ੍ਰਾਰਥਨਾ ਕੀਤੀ, ਅਤੇ ਖੁਦਾ ਨੇ ਮੇਰੇ ਦਿਲ ਵਿੱਚ ਇੱਕਦਮ ਪਾਇਆ ਵੀ ਇਹਦੀ ਗੋਡੀ ਟੇਕ ਕੇ ਪ੍ਰਾਰਥਨਾ ਕਰੋ। ਮੈਂ ਤਾਂ ਨਹੀਂ ਕਹਿ ਸਕਦਾ ਸੋਰੀ, ਅਤੇ ਮੈਂ ਉਹਦੇ ਪ੍ਰਾਰਥਨਾ ਕੀਤੀ ਪੈਰ ਦੇ ਉੱਪਰ, ਤੂੰ ਅੱਜ ਫੁੱਟਬਾਲ ਦੁਬਾਰਾ ਖੇਡ ਰਿਹਾ ਟੀਮ ਦੇ ਵਿੱਚ, ਅਤੇ ਖੁਦਾ ਕੰਮ ਕਰਦਾ ਜੀ, ਤੁਸੀਂ ਸੱਚੇ ਦਿਲ ਤੋਂ ਕਰੋਗੇ ਪ੍ਰਾਰਥਨਾ, ਖੁਦਾ ਸੁਣਦਾ ਤੁਹਾਡੀ, ਇੱਥੋਂ ਨਹੀਂ ਖੁਦਾ ਸੁਣਦਾ ਕਦੀ, ਬੁੱਲਾਂ ਤੋਂ ਕਰੋਗੇ ਤਾਂ ਨਹੀਂ, ਦਿਲੋਂ ਖੁਦਾ ਦਿਲ ਦੇਖਦਾ, ਦਿਲ ਤੋਂ ਮੰਗਦਾ ਜੀ। ਤਾਂ ਇਹਦਾ ਮਤਲਬ ਇਹ ਆ ਕਿ ਜਿੰਨੇ ਵੀ ਇਸ ਵੇਲੇ ਆਪਣੇ ਸਰੋਤੇ ਜੁੜੇ ਹੋਏ ਹੈਗੇ ਦੇਖ ਰਹੇ ਹੈਗੇ ਆ, ਕਿ ਜੇ ਉਹ ਬਿਮਾਰ ਆ ਜਾਂ ਉਹਨਾਂ ਦੇ ਉੱਤੇ ਕੋਈ ਆਫਤ ਹੈ ਜਾਂ ਉਹਨਾਂ 'ਤੇ ਕੁਛ ਕੋਈ ਪ੍ਰੋਬਲਮ ਹੈਗੀ ਹੈ, ਤੁਸੀਂ ਮੈਨੂੰ ਇਹ ਕਹਿ ਰਹੇ ਹੈਗੇ ਆ ਕਿ ਜੇ ਤੁਸੀਂ ਆਪਣੇ ਸੱਚੇ ਦਿਲ ਨਾਲ ਬਿਲਕੁਲ ਮੰਨੋਗੇ, ਔਰ ਖੁਦਾ ਦਾ ਵਚਨ ਕਹਿੰਦਾ ਹੈਗਾ ਕਿ ਕਦੀ ਨਾ ਡਰੋ, ਮੈਂ ਤੁਹਾਡੇ ਨਾਲ ਹੋਊਂਗਾ, ਤਾਂ ਤੁਹਾਡੇ ਤੁਸੀਂ ਇਹ ਕਹਿ ਰਹੇ ਹੈਗੇ ਕਿ ਉਹ ਤੁਹਾਡੀ ਮਦਦ ਕਰ ਸਕਦਾ ਹੈਗਾ। ਤਾਂ ਤੁਸੀਂ ਹੁਣ, ਮੈਂ ਚਾਹੁੰਦਾ ਹੈਗਾ ਕਿ
ਜਿੰਨੇ ਵੀ ਵਿਊਅਰਸ ਇਸ ਵੇਲੇ ਜੁੜੇ ਹੋਏ ਹੈਗੇ ਆ, ਮੈਂ ਚਾਹੁੰਦਾ ਕਿ ਤੁਸੀਂ ਛੋਟਾ ਜਿਹਾ ਕਲਾਮ ਜੇ ਤੁਸੀਂ ਸ਼ੇਅਰ ਕਰ ਸਕਦੇ ਹੈਗੇ ਆ ਤਾਂ ਵੀ ਬਹੁਤ ਹੀ ਅੱਛੀ ਗੱਲਬਾਤ ਹੋਏਗੀ। ਕਲਾਮ ਤਾਂ ਮੈਂ ਸ਼ੇਅਰ ਇਹ ਕਰੂੰਗਾ, ਮੈਂ ਸਾਰੇ ਵਿਊਅਰਸ ਨੂੰ, ਦੇਖਣ ਵਾਲਿਆਂ ਨੂੰ, ਯੂਥ ਨੂੰ ਇਹ ਕਹੂੰਗਾ ਵੀ ਆਪਣੇ ਮਾੜੇ ਕੰਮਾਂ ਨੂੰ ਛੱਡ ਦਿਓ ਅਤੇ ਖੁਦਾ ਦੇ ਰਾਹ 'ਤੇ ਚੱਲ ਪਓ, ਖੁਦਾ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਲਓ ਅਤੇ ਤੁਹਾਡੀਆਂ ਸਾਰੀਆਂ ਪ੍ਰੋਬਲਮਸ, ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਖੁਦਾ ਦੇ ਨਾਂ ਦੇ ਵਿੱਚ ਜਾਂਦੀਆਂ ਰਹਿਣਗੀਆਂ। ਚਲੋ ਇਹ ਵੀ ਬਹੁਤ ਅੱਛੀ ਗੱਲ ਹੈਗੀ ਹੈ। ਟੋਨੀ ਸਾਹਿਬ, ਜੇ ਆਪਾਂ ਥੋੜ੍ਹੀ ਕੁ ਗੱਲ ਹੁਣ ਇਹਨੂੰ ਬਤਾਈਏ ਕਿ ਤੁਸੀਂ ਇੱਕ ਗਲੋਬਲ ਕੰਪਨੀ ਦਾ ਐਂਬੈਸਡਰ ਵੀ ਤੌਰ 'ਤੇ ਕੰਮ ਕਰ ਰਹੇ ਹੈ, ਉਹਨਾਂ ਬਾਰੇ ਦੱਸੋ ਵੀ ਕਿੱਦਾਂ ਦਾ ਕੰਮ ਹੈ ਤੁਹਾਡਾ? ਉਹਨਾਂ ਦਾ ਪੀਸ ਵਰਲਡ ਦਾ ਕੰਮ ਹੈ, ਪੀਸ ਐਜ਼ ਏ ਪੀਸ ਅੰਬੈਸਡਰ UK ਤੋਂ ਮੈਨੂੰ ਉਹਨਾਂ ਨੇ ਰਿਕਮੈਂਡ ਕੀਤਾ ਹੈ ਅਤੇ ਉਹ ਇਸ ਟਾਈਮ PIDA ਇੰਟਰਨੈਸ਼ਨਲ ਪਾਸਟਰ ਐਸੋਸੀਏਸ਼ਨ USA ਤੋਂ ਆਏ ਅਤੇ ਛੇਤੀ ਅਸੀਂ UK ਦੇ ਵਿੱਚ ਉਹਨਾਂ ਦਾ ਵੀ ਲਾਂਚ ਕਰ ਰਹੇ ਹਾਂ, ਇੱਥੇ ਆ ਰਹੇ ਹਾਂ ਅਤੇ ਆਪਣੇ ਇੱਥੇ ਉਹ ਚਰਚ ਸਥਾਪਿਤ ਕਰ ਰਹੇ ਇੱਥੇ। ਹੋ ਸਕਦਾ ਖੁਦਾ ਦੀ ਮਰਜ਼ੀ ਹੋਵੇ ਤਾਂ ਛੇਤੀ ਹੋਵੇਗਾ ਕੰਮ, ਉਹ ਇੰਟਰਨੈਸ਼ਨਲ ਪਾਸਟਰ ਐਸੋਸੀਏਸ਼ਨ ਹੈ। ਅੱਛਾ, ਤਾਂ ਉਹਦੇ ਵਿੱਚ ਤੁਸੀਂ, ਤੁਹਾਡਾ ਕੀ ਵੀ ਮਤਲਬ ਕੰਮ ਹੈਗਾ ਕਿ ਤੁਸੀਂ ਉਹਨਾਂ ਦੇ ਵੀ ਉਹਨਾਂ ਦੇ ਕੀ ਕਰਦੇ ਹੋ ਤੁਸੀਂ ਐਗਜੈਕਟਲੀ ਉਹਨਾਂ ਲਈ? ਜਸਟ ਅਕੋਰਡਿੰਗ ਟੂ ਬਾਈਬਲ ਅਸੀਂ ਐਜ਼ ਏ ਪੀਸ ਅੰਬੈਸਡਰ ਮੇਰਾ ਕੰਮ ਹੈਗਾ ਪੀਸ ਦਾ ਕਲਾਮ ਦੇਣਾ, ਹਿਊਮਨ ਰਾਈਟਸ ਦਾ, ਜੇ ਲੋਕਾਂ ਦੀ ਆਵਾਜ਼ ਨਹੀਂ, ਜਿਹੜੇ ਲੋਕਾਂ ਦੀ ਆਵਾਜ਼ ਨਹੀਂ ਚੱਕ ਸਕਦੇ, ਜਿਹੜੇ ਲੋਕਾਂ ਕੋਲ ਹਿੰਮਤ ਹੈ ਨਹੀਂ, ਉਹਨਾਂ ਲਈ ਖੁਦਾ ਨੇ ਸਾਨੂੰ ਚੁਣਿਆ, ਉਹਨਾਂ ਦੀ ਅਸੀਂ ਆਵਾਜ਼ ਬਣ ਸਕੀਏ। ਹਾਂਜੀ, ਕਿੱਥੋਂ ਕਿੱਥੋਂ ਤਾਈਂ ਵੀ ਮਤਲਬ ਵੀ ਇਸ ਵੇਲੇ ਜਿੱਦਾਂ ਕਹਿੰਦੇ ਹੁੰਦੇ ਫਰਕ ਫਰਕ ਸ਼ਹਿਰਾਂ ਦੇ ਵਿੱਚ, ਆਈ ਥਿੰਕ ਆਲ ਓਵਰ ਇੰਗਲੈਂਡ ਦੇ ਵਿੱਚ ਹੋ ਰਿਹਾ ਨਾ ਇਸ ਵੇਲੇ? ਹਾਂਜੀ, ਕਨਵੈਨਸ਼ਨਸ ਦਾ ਸੀਜ਼ਨ ਵੀ ਆ ਰਿਹਾ ਹੈਗਾ, ਖੁਦਾ ਦਾ ਕਲਾਮ ਵੀ ਵੱਧ ਰਿਹਾ ਹੈਗਾ, ਤਾਂ ਇੰਡੀਆ ਦੇ ਵਿੱਚ ਵੀ ਜੇ ਦੇਖਿਆ ਜਾਵੇ ਉੱਥੇ ਵੀ ਇੱਕ ਰਿਵਾਈਵਲ ਆਈ ਹੋਈ ਆ, ਬਹੁਤ ਸਾਰੇ ਜਿੱਦਾਂ ਕਹਿੰਦੇ ਹੁੰਦੇ ਵੀ ਦੁਨੀਆ ਹੁਣ ਵੱਧ ਰਹੀ ਹੈਗੀ ਆ, ਵੀ ਨੈਵਰ ਮਾਇੰਡ ਜੋ ਕੁਛ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਡਿਫਰੈਂਟ ਚਰਚਿਸ ਵੱਧ ਰਹੇ ਹੈਗੇ, ਉਹਦੇ ਉਹਦੇ ਬਾਰੇ ਨਹੀਂ ਆਪਾਂ ਗੱਲ ਕਰਦੇ, ਪਰ ਮੈਂ ਇਹ ਜ਼ਰੂਰ ਗੱਲ ਕਰ ਰਿਹਾ ਹੈਗਾ ਕਿ ਜਿਹੜੀ ਆਪਣੇ ਕਮਿਊਨਿਟੀ ਆ ਉੱਥੇ ਪੰਜਾਬ ਦੀ, ਜਿਹੜੇ ਆਮ ਲੋਕ ਆ, ਉਹਨਾਂ ਵਿੱਚ ਇੱਕ ਤਰ੍ਹਾਂ ਦੀ ਅੱਗ ਆ ਗਈ ਹੈਗੀ ਆ ਕਿ ਖੁਦਾਵੰਦ ਯਿਸੂ ਮਸੀਹ ਦਾ ਜਦੋਂ ਪ੍ਰਚਾਰ ਹੀ ਦੁਨੀਆ ਕਰਦੀ ਹੈਗੀ ਆ ਤਾਂ ਬਹੁਤ ਸਾਰੇ ਜਿੱਦਾਂ ਕਹਿੰਦੇ ਹੁੰਦੇ ਵੀ ਆ ਗਏ ਆ, ਨਹੀਂ ਬਹੁਤ ਸਾਰੇ ਲੋਕ ਬਚ ਰਹੇ ਪੰਜਾਬ ਦੇ ਵਿੱਚ ਇਸ ਟਾਈਮ, ਖੁਦਾ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਵਿੱਚ ਖੁਸ਼ੀ ਦੀ ਲਹਿਰ ਹੈ ਵੀ ਅਸੀਂ ਖੁਦਾ ਨੂੰ ਐਕਸੈਪਟ ਕਰ ਰਹੇ ਹੋ, ਜੋ ਬਪਟਾਈਜ਼ ਲੈ ਰਹੇ ਆ, ਸਾਰੇ ਚਰਚਸ ਮਿਲ ਕੇ ਕੰਮ ਕਰ ਰਹੇ ਉੱਥੇ ਪੰਜਾਬ 'ਚ ਵੀ, ਬਹੁਤ ਹੀ ਜਿੱਦਾਂ ਕਹਿੰਦੇ ਹੁੰਦੇ ਵੀ ਦੁਨੀਆ ਇਕੱਠੀ ਹੋ ਰਹੀ ਹੈਗੀ ਆ। ਤਾਂ ਮੈਂ ਚਾਹੁੰਦਾ ਹੈਗਾ ਕਿ ਹੁਣ ਐਂਡ ਪ੍ਰੋਗਰਾਮ ਦਾ ਐਂਡ ਆ ਰਿਹਾ ਹੈਗਾ ਜੀ, ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਸਾਡੇ ਸਰੋਤਿਆਂ ਲਈ ਜ਼ਰੂਰ, ਮੈਂ ਦੋ ਲਾਈਨਾਂ ਜ਼ਰੂਰ ਪੜ੍ਹਾਂਗਾ ਜੀ। ਹਾਂਜੀ, ਪੜ੍ਹੋ ਔਰ ਨਾਲ ਹੀ ਦੁਆ ਕਰਾਂਗੇ ਜ਼ਰੂਰ ਜੀ। ਇਹ ਨੌਜਵਾਨ ਕੌਮ ਦਿਓ ਬੇਦਾਰ ਬਣੋ, ਇਹ ਬੇਦਾਰ ਬਣੋ, ਬੇਦਾਰ ਬਣੋ, ਇਹ ਨੌਜਵਾਨ ਕੌਮ ਦਿਓ ਬੇਦਾਰ ਬਣੋ, ਇਹ ਨੌਜਵਾਨੋ ਕੌਮ ਦਿਓ ਪਹਿਲੂਸ ਬਣੋ, ਸਹਿਲਾਸ ਬਣੋ, ਡਰ ਨਾ ਲੱਗੇ ਮੁਸ਼ਕਲਾਂ ਤੋਂ, ਇੰਨੇ ਤੁਸੀਂ ਮਜ਼ਬੂਤ ਬਣੋ, ਤਿਆਰ ਕਰੋ ਖੁਦਾਵੰਦ ਦੇ ਰਾਹ, ਖੁਦ ਵੀ ਤਿਆਰ ਬਣੋ। ਆਮੇਨ, ਬਿਊਟੀਫੁਲ, ਆਮੇਨ, ਆਮੇਨ। ਛੋਟੀ ਜਿਹੀ ਦੁਆ ਕਰੋ, ਜ਼ਰੂਰ ਪ੍ਰੋਗਰਾਮ ਖਤਮ ਕਰੀਏ। ਜ਼ਮੀਨ ਅਸਮਾਨ ਦੇ ਮਾਲਿਕ, ਇਹ ਖੁਦਾ ਬਾਪ ਤੁਹਾਡੇ ਚਰਨਾਂ ਵਿੱਚ ਫਿਰ ਅਸੀਂ ਆਉਂਦੇ ਹਾਂ, ਸਾਡੀ ਤੁਸੀਂ ਰਹਿਨਮਾਈ ਅਤੇ ਅਗਵਾਈ ਕੀਤੀ, ਉਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਲੋਕਾਂ ਨੇ ਸਾਨੂੰ ਦੇਖਿਆ ਜਾਂ ਸੁਣਿਆ ਪਿਤਾ ਪਰਮੇਸ਼ਰ, ਉਹਨਾਂ ਲਈ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ, ਉਹਨਾਂ ਦੇ ਕੰਮਾਂ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ, ਉਹਨਾਂ ਜ਼ਿੰਦਗੀਆਂ ਵਿੱਚ ਤੁਹਾਡੀ ਪਵਿੱਤਰ ਆਤਮਾ ਕੰਮ ਕਰੇ। ਤਮਾਮ ਮੁਸ਼ਕਲਾਂ ਮੁਸੀਬਤਾਂ ਪਿਤਾ ਪਰਮੇਸ਼ਰ ਤੁਹਾਡੇ ਨਾਂ ਦੇ ਵਿੱਚ ਜਾਂਦੀਆਂ ਰਹਿਣ, ਔਰ ਇਸ ਸਟੂਡੀਓ ਵਾਸਤੇ ਵੀ ਪਾਸਟਰ ਡੈਨੀ-ਚਰਨਜੀ ਵਾਸਤੇ ਵੀ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ, ਉਹ ਦਿਨੇ ਵੀ ਸਹਾਇਕ ਨੇ ਪਿਤਾ ਪਰਮੇਸ਼ਰ, ਸਾਰਿਆਂ ਨੂੰ ਤੁਹਾਡੀ ਪਵਿੱਤਰ ਆਤਮਾ ਨਾਲ ਮਸਾ ਕਰਦੇ, ਸਾਰੀਆਂ ਜ਼ਰੂਰਤਾਂ ਅਸਮਾਨ ਤੋਂ ਪੂਰੀਆਂ ਕਰਨੀਆਂ, ਮੇਰੀ ਪ੍ਰਾਰਥਨਾ ਨੂੰ ਸੁਣ ਅਤੇ ਕਬੂਲ ਕਰ। ਆਮੇਨ, ਆਮੇਨ। ਟੋਨੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਿ ਜਿਹੜਾ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਏ ਹੈਗੇ। ਥੈਂਕ ਯੂ ਤੁਹਾਡਾ ਟਾਈਮ ਦੇਣ ਦੇ ਲਈ। ਤੁਹਾਡਾ ਵੀ, ਥੈਂਕ ਯੂ ਵੈਰੀ ਮੱਚ। ਥੈਂਕ ਯੂ। ਮਸੀਹ ਦਾ ਪਿਆਰ ਔਰ ਮਸੀਹ ਦਾ ਪ੍ਰਚਾਰ ਕਰਨਾ ਇੱਕ ਬਹੁਤ ਵੱਡੀ ਕਮਿਟਮੈਂਟ ਹੈ। ਜੇ ਤੁਸੀਂ ਰੂਹਾਨੀ ਬਰਕਤ ਪਾਉਣੀ ਹੈ ਤਾਂ ਮਸੀਹ ਦੇ ਚਰਨਾਂ ਵਿੱਚ ਆ ਜਾਓ। ਹਾਲੇਲੂਇਆ। There are so many Bible verses that speak to us God's purpose and expectations for us to serve others. In Hebrews chapter 6 verse 10 it says, God is not unjust. He will not forget your work and the love you have shown him as you have helped him, his people and continue to help them. Khudavan brother Tony nu bahut barkat deve. Shukriya. Meherbani. Thank you for joining me. Until next time, Jai Masih ki. Ha, aur yaad rakhna notifications aur subscribe button nu on kar lena. Agla program miss nahi karna. Dekhte raho aur barkat pao.